अजीत पांजरा हो और की होया आपकी छुट्टी सारी। मास्टर या नागिनी आई आ जाओ बच्चियो होइए इकट्ठे रल मिल रौन कलाइए रखो किताबा पेन कॉपिया दो पल मन पर चाहिए ਸਤਿ ਸ਼੍ਰੀ ਅਕਾਲ ਜੀ ਨਮਸਕਾਰ ਆਦਾਬ ਮੈਂ ਹਾਂ ਤੁਹਾਡਾ ਆਪਣਾ ਵਿਪਨ ਜੋਸ਼ੀ ਅਤੇ ਅੱਜ ਦੀਆਂ ਰੌਣਕਾਂ ਅੱਧੀ ਛੁੱਟੀ ਸਾਰੀ ਦੀਆਂ ਤੁਹਾਡਾ ਜਿਹੜਾ ਆਪਣਾ ਸ਼ੋਅ ਅੱਧੀ ਛੁੱਟੀ ਸਾਰੀ ਫੈਮਿਲੀ ਸ਼ੋਅ ਬੱਚਿਆਂ ਦਾ ਸ਼ੋਅ ਅਤੇ ਅੱਜ ਦੀਆਂ ਰੌਣਕਾਂ ਜਿਹੜੀਆਂ ਲੱਗਣਗੀਆਂ ਜੀ ਅਤੇ ਸਕੂਲ ਦਾ ਨਾਮ ਪਹਿਲਾਂ ਸਾਰੇ ਬੱਚੇ ਬੋਲਣਗੇ ਅਤੇ ਫਿਰ ਮੈਂ ਬੋਲੂੰਗਾ ਬੇਟਾ ਸਕੂਲ ਦਾ ਨਾਮ ਹੈ ਹਾਂਜੀ ਪਾਥਫਾਈਂਡਰ ਗਲੋਬਲ ਹਾਂਜੀ ਪਾਥਫਾਈਂਡਰ ਗਲੋਬਲ ਸਕੂਲ ਰਾਮਪੁਰਾ ਹਾਂਜੀ ਰਾਮਪੁਰਾ ਫੂਲ ਅਤੇ ਰੋਡ ਕਿਹੜਾ ਹੈ ਹਾਂ ਗਿਲਕਲਾਂ ਅਤੇ ਰੌਣਕਾਂ ਲੱਗਣਗੀਆਂ ਜੀ ਅੱਧੀ ਛੁੱਟੀ ਸਾਰੀਆਂ ਪੂਰੀਆਂ ਬੱਚੇ ਬੜੇ ਪਿਆਰੇ ਲੱਗ ਰਹੇ ਨੇ ਅਤੇ ਸਕੂਲ ਦੀ ਬਿਲਡਿੰਗ ਬਹੁਤ ਪਿਆਰੀ ਹੈ ਬੇਟਾ ਇੱਕ ਵਾਰੀ ਜ਼ੋਰਦਾਰ ਤਾੜੀਆਂ ਸਕੂਲ ਲਈ ਅਤੇ ਹਾਂਜੀ ਜ਼ੋਰਦਾਰ ਤਾੜੀਆਂ ਨਾਲ ਸਭ ਤੋਂ ਪਹਿਲਾਂ ਬੱਚਾ ਆ ਜਾਓ ਭਰਾ ਤੁਹਾਡਾ ਨਾਮ ਕੀ ਹੈ ਪੁੱਤ ਮਾਈ ਨੇਮ ਇਜ਼ ਕਰਨਦੀਪ ਕਰਨਦੀਪ ਹੈ ਅਤੇ ਐਨਕ ਤੁਹਾਡੀ ਕਿੱਧਰ ਜਾਂਦੀ ਹੈ ਬਠਿੰਡੇ ਨੂੰ ਐਂ ਜੀ ਹੋਈ ਪਈ ਹੈ ਐਨਕਾਂ ਕਿਉਂ ਲਾਈਆਂ ਨੇ ਮੈਂ ਤਾਂ ਚਲੋ ਸ਼ੋਅ ਕਰਨ ਆਇਆ ਹੋਇਆ ਅੱਜ ਠੀਕ ਹੈ ਤੇ ਤੁਸੀਂ ਐਨਕਾਂ ਕਦੋਂ ਲਾਈਆਂ ਨੇ ਕੁੜੀ ਲੱਭਣ ਵਾਸਤੇ ਲਾਈਆਂ ਐਨਕਾਂ ਨਾਲ ਕੁੜੀ ਲੱਭਦੀ ਹੁੰਦੀ ਹੈ ਨਾ ਮੈਂ ਬੁੜਾ ਹੋ ਕੇ ਕਰਾਉਂਗਾ ਪਿਆ ਅੱਛਾ ਵਿਆਹ ਵਾਸਤੇ ਕੁੜੀ ਲੱਭ ਰਿਹਾ ਅੱਛਾ ਕਹਿੰਦਾ ਮੈਂ ਕਿਹੜਾ ਹੁਣ ਬੁੜਾ ਹੋ ਕੇ ਕਰਾਉਂਗਾ ਵਿਆਹ ਪੁੱਤਰ ਹਜੇ ਤੇਰੇ ਡੈਡੀ ਦੇ ਵਿਆਹ ਹੋਏ ਨੂੰ 5-10 ਸਾਲ 20 ਸਾਲ ਮਸਾਂ ਹੋਏ ਹੋਣੇ ਤੇ ਤੈਨੂੰ ਵਿਆਹ ਦੀ ਅੱਗ ਲੱਗ ਗਈ ਲੈ ਮੇਰੀ ਡੈਡੀ ਦੇ ਵਿਆਹ ਹੋਣ ਨੂੰ ਤਾਂ 19 ਸਾਲ ਹੋ ਗਏ ਅੱਛਾ ਤੇ ਤੁਹਾਡੇ ਡੈਡੀ ਦੇ ਵਿਆਹ 'ਚ ਗਏ ਸੀ ਤੁਸੀਂ ਮੈਂ ਤਾਂ ਉਹਨ ਉਹ ਤਾਂ ਮੇਰੀ ਮੰਮੀ ਨੇ ਵੀ ਮੈਨੂੰ ਜੰਮਿਆ ਅੱਛਾ ਤੁਹਾਡੇ ਮੰਮਾ ਨੇ ਉਦੋਂ ਤੁਹਾਨੂੰ ਜੰਮਿਆ ਨਹੀਂ ਸੀਗਾ ਪੁੱਛ ਕੇ ਦੇਖ ਲੈਂਦੇ ਪੁੱਤ ਵੀ ਕੀ ਗੱਲ ਹੋ ਗਈ ਵੀ ਵਿਆਹ 'ਚ ਤਾਂ ਲਿਜਾਣਾ ਸੀਗਾ ਮੈਨੂੰ ਪਾਪਾ ਦੇ ਵਿਆਹ 'ਚ ਮੈਨੂੰ ਤਾਂ ਪਤਾ ਹੀ ਸੀ ਪਰ ਮੈਂ ਫੋਟੋਆਂ ਤਾਂ ਦੇਖ ਹੀ ਲਈਆਂ ਸੀ ਅੱਛਾ ਪਰ ਜੇ ਤੁਸੀਂ ਵਿਆਹ 'ਚ ਹੁੰਦੇ ਉਦੋਂ ਕਿੰਨਾ ਭੰਗੜਾ ਪਾਉਣਾ ਸੀ ਤੁਸੀਂ ਨੇ ਹਨਾ ਫਿਰ ਕੀ ਹੋ ਗਿਆ ਭੰਗੜਾ ਪਾਉਣਾ ਭੰਗੜਾ ਤਾਂ ਮੈਂ ਪਹਿਲਾਂ ਹੀ ਪਾਇਆ ਸੀ ਵਿਆਹ ਤੋਂ ਪਹਿਲਾਂ ਤੁਹਾਡੇ ਪਾਪਾ ਦੇ ਵਿਆਹ ਤੋਂ ਪਹਿਲਾਂ ਵਾਹ ਬਈ ਵਾਹ ਕੀ ਬਾਤ ਹੈ ਬੰਦਾ ਖਤਰਨਾਕ ਹੈ ਪੂਰਾ ਇਹ ਅੱਛਾ ਤੁਸੀਂ ਐਨਕਾਂ ਤਾਂ ਲਾਈਆਂ ਨੇ ਵੀ ਤੁਸੀਂ ਕੁੜੀ ਲੱਭਣੀ ਹੈ ਤੇ ਕੁੜੀ ਲੱਭ ਕੇ ਵਿਆਹ ਕਰਾਉਣਾ ਇਸ ਕਰਕੇ ਤੇ ਲੱਭ ਲਈ ਕੁੜੀ ਕੁੜੀ ਤਾਂ ਪਹਿਲਾਂ ਹੀ ਲੱਭ ਲਈ ਅੱਛਾ ਇੱਥੇ ਪੜ੍ਹਦੀ ਹੈ ਕਿ ਬਾਹਰ ਪੜ੍ਹਦੀ ਹੈ ਕਿਤੇ ਇੱਥੇ ਪੜ੍ਹਦੀ ਹੈ ਮੈਂ ਲੱਭੀਆਂ 4 ਤੇ ਬੇਟਾ ਉਹਨਾਂ ਦੇ ਘਰਦਿਆਂ ਨੂੰ ਪਤਾ ਹੈ ਹਾਂਜੀ ਪਤਾ ਸਾਰਾ ਉਹਨਾਂ ਨੂੰ ਕੀ ਪਤਾ ਉਹਨਾਂ ਨੂੰ ਵੀ ਹਨਾ ਇੱਕ ਮੁੰਡਾ ਸਾਡੀ 4 ਕੁੜੀਆਂ ਨਾਲ ਵਿਆਹ ਕਰਾਉਂਦਾਗਾ ਇਹ ਬੰਦਾ ਨਹੀਂ ਟੱਪਦਾ ਹੈਗਾ 10ਵੀਂ ਨਹੀਂ ਕਰੋਸ ਕਰਦਾ ਹੈਗਾ ਇਹ 10ਵੀਂ ਤੱਕ ਨਹੀਂ ਕਰੋਸ ਕਰਦਾ ਹੈਗਾ ਇਹ ਝੰਡੇ ਗੱਡੂਗਾ ਇਹ ਛੇਤੀ ਉਹ ਹੀ ਕੋਈ ਨਹੀਂ ਪੁੱਤ ਕੋਈ ਨਹੀਂ ਇਹ ਵੀ ਦਿਲ ਦੀਆਂ ਰੀਝਾਂ ਹੀ ਹੁੰਦੀਆਂ ਨੇ ਹੈ ਨਾ ਕੋਈ ਚੱਕਰ ਨਹੀਂ ਅੱਜ ਕੱਲ੍ਹ ਮਾਹੌਲ ਇੱਦਾਂ ਦੇ ਹੋਏ ਪਏ ਨੇ ਵੀ ਜਵਾਕਾਂ ਦੇ ਦਿਮਾਗਾਂ 'ਚ ਦੇਖ ਲਓ ਚਲੋ ਕੋਈ ਨਹੀਂ ਅਤੇ ਫਿਰ ਉਦੋਂ ਪਹਿਲਾਂ ਤੁਸੀਂ ਪੜ੍ਹਨ ਲਿਖ ਕੇ ਪਹਿਲਾਂ ਕੁਛ ਲੱਗੋਗੇ ਜੋਬ 'ਤੇ ਜੋਬ ਤਾਂ ਮੈਂ ਪਹਿਲਾਂ ਹੀ ਲਾ ਲਈ ਕਿਹੜੀ ਲੱਕੜ ਦਾ ਕੰਮ ਕਰਦਾ ਹਾਲੇ ਪਿਓ ਨਾਲ ਜਲਾਲ ਜਾਂਦਾ ਹੁੰਦਾ ਤੁਹਾਡੇ ਡੈਡੀ ਨਾਲ ਕੰਮ ਕਰਾਉਣਾ ਨੂੰ ਲੱਕੜ ਦਾ ਹਾਂ ਡੈਡੀ ਨਾਲ ਤਾਂ ਕੰਮ ਕਰਾਉਣਾ ਨਾ ਲੱਕੜ ਦਾ ਵੈਰੀ ਗੁੱਡ ਨਾ ਫਿਰ ਠੀਕ ਹੈ ਪੁੱਤ ਜੇ ਤੂੰ ਕੰਮ ਕਰਾਉਣਾ ਨਾ ਕਿਉਂਕਿ ਕੰਮ ਕਰਦਾ ਜਿਹੜਾ ਬੰਦਾ ਉਹਨੂੰ ਕੋਈ ਘਾਟਾ ਨਹੀਂ ਹੈਗਾ ਜਿਹੜਾ ਵਿਹਲਾ ਬੰਦਾ ਉਹਦੇ ਲਈ ਔਖਾ ਹੋ ਜਾਂਦਾ ਹੈ ਨਾ ਤੇ ਗਾਣਾ ਕਿਹੜਾ ਸੁਣਾਉਂਗੇ ਦਸ ਬੁੱਧ ਤੇਰਾ ਹੱਦ ਤੋਂ ਕਾਸਤੋਂ ਰੰਗਾ ਵਾਲਾ ਹੱਥ ਦਾਸੀ ਤੋਂ ਕਾਸਤੋਂ ਜਿਹੜੇ ਦਰਵਾਜ਼ੇ ਵਿੱਚ ਬੋਰਡ ਚੱਕੀ ਘੜਿਆ ਮੈਂ ਚੰਗੀ ਤਰ੍ਹਾਂ ਜਾਣਦਾ ਹੈ ਕੌਣ ਕਾਸਤੋਂ ਤੂੰ ਜੀ ਇੱਥੇ ਆਉਣਾ ਚਾਹੁੰਦੇ ਨੇ ਰਸਤੇ ਚ ਤੂੰ ਤੁਰਿਆ
ਇੱਕ ਮਿੰਟ ਪੁੱਤ, ਵੈਸੇ ਜਿਹੜੇ ਰਸਤੇ ਤੇ ਤੂੰ ਤੁਰਿਆ ਉੱਥੇ ਬਦਨਾਮੀ ਹਾਈ ਰੇਟ ਮਿਲਦੀ ਹੈ। ਮਿਲੂਗਾ ਤਾਂ ਮਿਲੂਗੀ ਤੇ ਮਿਲੂਗੀ। ਹਾਂ ਪਰ ਤੂੰ ਉਹ ਨਹੀਂ ਕਰਨਾ ਨਾ, ਤੂੰ ਹੈਡ ਡਾਊਨ ਨਹੀਂ ਕਰਨਾ, ਠੀਕ ਹੈ? ਦਬੀ ਨਾ, ਤੂੰ ਦੁਨੀਆ ਤਾਂ ਸਵਾਦ ਲੈਂਦੀ ਹੈ ਪੁੱਤ, ਠੀਕ ਹੈ? ਬੜਾ ਪਿਆਰਾ ਜਵਾਕ ਹੈ, ਜ਼ੋਰਦਾਰ ਤਾੜੀਆਂ ਜਵਾਕ ਲਈ। ਇਸ ਬੱਚੇ ਨੂੰ ਮਿਲਦਾ ਜੀ ਪਿਓਰ ਰੂਟਸ ਵੱਲੋਂ ਇੱਕ ਪਿਆਰਾ ਜਿਹਾ ਗਿਫਟ, ਹੈਂਡ ਵਾਸ਼ ਹੈ ਪੁੱਤ, ਇਹ ਤੁਹਾਡੇ ਲਈ ਹੈ ਪਿਓਰ ਰੂਟਸ ਦਾ ਹੈਂਡ ਵਾਸ਼, ਠੀਕ ਹੈ? ਅਤੇ ਪਿਓਰ ਰੂਟਸ ਹੈ ਸਾਡੇ ਸਪੋਂਸਰ ਨੇ ਜੀ, ਅਤੇ ਬੱਚਿਆਂ ਨੂੰ ਗਿਫਟ ਹੈਂਪਰ ਜਿਹੜੇ ਉਹ ਦਿੰਦੇ ਨੇ, ਜਿਹੜੇ ਬੱਚੇ ਬੈਸਟ ਪਰਫੋਰਮੈਂਸ ਕਰਦੇ ਨੇ ਉਹਨਾਂ ਨੂੰ ਵੀ, ਅਤੇ ਜਿਹੜੇ ਪਰਫੋਰਮੈਂਸ ਵੈਸੇ ਕਰਦੇ ਨੇ ਉਹਨਾਂ ਨੂੰ ਵੀ। ਅਤੇ ਬੱਚਾ ਬੜਾ ਬੈਸਟ ਹੈ, ਅਤੇ ਥੈਂਕ ਯੂ ਸੋ ਮੱਚ ਪੁੱਤ, ਬਹੁਤ ਚੰਗਾ ਲੱਗਿਆ ਗੱਲਬਾਤ ਕਰਕੇ ਤੇਰੇ ਨਾਲ, ਠੀਕ ਹੈ? ਥੈਂਕ ਯੂ, ਜ਼ੋਰਦਾਰ ਤਾੜੀਆਂ ਬੱਚੇ ਲਈ। ਥੈਂਕ ਯੂ ਪੁੱਤ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਅੱਛਾ ਆਪ ਮੇਰੇ ਲਈ ਗਿਫਟ ਲਾਏ ਹੋ, ਓਕੇ ਮੈਨੂੰ ਖੋਲ ਕੇ ਦਿਖਾਉਣਾ, ਆਪ ਮਾਈਕ ਫੜਿਓ। ਤੁਹਾਡਾ ਨਾਮ ਕੀ ਹੈ? ਇਹਦੇ 'ਚ ਬੋਲੋ ਪੁੱਤ। ਬਰਨੀਤ। ਬਰਨੀਤ, ਬਰਨੀਤ, ਕਿਆ ਬਾਤ ਹੈ ਜੀ, ਬੱਚੇ ਨੇ ਬੜਾ ਸੋਹਣਾ ਇੱਕ ਬਣਾਇਆ ਹੈਗਾ ਜੀ ਇਹ ਗਿਫਟ ਹੈਂਪਰ ਹੈ ਬੱਚੇ ਨੇ, ਅਤੇ ਇਹ ਸਭ ਇਹਨਾਂ ਦਾ ਪਿਆਰ ਹੈ ਬੱਚਿਆਂ ਦਾ, ਅਤੇ ਆਹ ਜ਼ੋਰਦਾਰ ਤਾੜੀਆਂ ਇਸ ਭੈਣ ਲਈ, ਬੱਚੇ ਲਈ। ਥੈਂਕ ਯੂ ਸੋ ਮੱਚ ਪੁੱਤ, ਅਤੇ ਤੁਹਾਡੀ ਕਲਾਸ ਕਿਹੜੀ ਹੈ? ਫੋਰਥ ਬੀ। ਫੋਰਥ ਬੀ, ਓਕੇ। ਅਤੇ ਤੁਹਾਨੂੰ ਕੋਈ ਗਾਣਾ ਆਉਂਦਾ ਹੈਗਾ, ਕੋਈ ਚੁਟਕਲਾ ਆਉਂਦਾ ਹੈਗਾ, ਕੋਈ ਬੋਲੀ ਆਉਂਦੀ ਆ? ਇੱਕ ਬੋਲੀ ਤਾਂ ਆਉਂਦੀ ਆ, ਹੈ ਨਾ, ਸੁਣਾ ਦਿਓ। ਬਾਰੀ ਬੱਸੀ ਖਤਨ ਗਿਆ ਸੀ, ਬਾਰੀ ਬੱਸੀ ਖਤਨ ਗਿਆ ਸੀ, ਖੱਟ ਕੇ ਲਿਆਂਦਾ ਆਲੂ, ਖੱਟ ਕੇ ਲਿਆਂਦਾ ਆਲੂ, ਅਸੀਂ ਕੀ ਕਰੀਏ ਸਾਡਾ ਬਾਰ ਬਾਰ ਬੰਗਰਾ ਹੋ ਜਾਂਦਾ ਹੈ ਚਾਲੂ। ਪਿਆਰਾ ਜਿਹਾ ਗਿਫਟ ਹੈ ਪਿਓਰ ਰੂਟਸ ਵੱਲੋਂ, ਠੀਕ ਹੈ? ਹੈਂਡ ਵਾਸ਼ ਹੈ ਤੁਹਾਡੇ ਲਈ ਇਹ, ਅਤੇ ਥੈਂਕ ਯੂ, ਥੈਂਕ ਯੂ, ਜ਼ੋਰਦਾਰ ਤਾੜੀਆਂ ਇਸ ਬੱਚੇ ਲਈ। ਥੈਂਕ ਯੂ ਬੇਟਾ। ਕੀ ਨਾਮ ਤੁਹਾਡਾ? ਰਵਨੀਤ ਸਿੰਘ। ਰਵਨੀਤ ਸਿੰਘ, ਵੈਰੀ ਗੁੱਡ। ਹਰਕਰਨ ਸਿੰਘ ਜੀ। ਹਰਕਰਨ ਸਿੰਘ। ਰੋਮਨਪ੍ਰੀਤ। ਰੋਬਨ, ਤੁਸੀਂ ਕੀ ਸੁਣਾਓਗੇ ਜਾਂ ਕੀ ਕਰਕੇ ਦਿਖਾਓਗੇ? ਬੋਲੀਆਂ ਜੀ। ਬੋਲੀਆਂ, ਹਾਂਜੀ, ਠੀਕ ਹੈ। ਅਤੇ ਇਹ ਬੱਚੇ ਬੜੇ ਪਿਆਰੇ ਲੱਗ ਰਹੇ, ਡਰੈਸ ਹੈ ਬਹੁਤ ਪਿਆਰਾ ਜੀ, ਅਤੇ ਸਾਰਾ ਸਾਡਾ ਫੋਕ ਦੇ ਜਿਹੜੇ ਇੰਸਟਰੂਮੈਂਟ ਹੈਗੇ ਨੇ ਉਹਨਾਂ ਨਾਲ ਇਹ ਆਪਣਾ ਪਲੇ ਕਰਨਗੇ ਗਾਣਾ, ਅਤੇ ਆਉਣ ਦਿਓ। ਉਹ ਤੇਰੇ ਮਾਰਾ ਚੜਿਆ ਕਿੱਕਰ ਤੇ ਤੂੰ ਦੱਤ ਨਾ ਕੀਤੀ ਨੀ, ਪਾਸਾ ਮਾਰ ਕੇ ਲੰਘ ਗਈ ਕੋਲ ਦੀ, ਉਹ ਪਾਸਾ ਮਾਰ ਕੇ ਲੰਘ ਗਈ ਕੋਲ ਦੀ, ਮੇਰੀ ਕੁਰਸੀ ਪੀਤੀ ਲਾ ਕੇ ਤੋੜ ਗਈ ਯਾਰਾਂ ਨਾਲ, ਪ੍ਰੀਤੀ ਲਾ ਕੇ ਤੋੜ ਗਈ ਯਾਰਾਂ ਨਾਲ, ਪ੍ਰੀਤੀ ਲਾ ਕੇ ਤੋੜ ਗਈ ਯਾਰਾਂ ਨਾਲ, ਪ੍ਰੀਤੀ ਲਾ ਕੇ ਤੋੜ ਗਈ। ਬੱਲੇ ਵਾਹ ਬਈ ਵਾਹ, ਉਹ ਮੈਂ ਤਾਂ ਤੈਨੂੰ ਲੈਣ ਆ ਗਿਆ, ਤੂੰ ਲੱਗ ਬੈਠੀ ਖੂੰਜੇ ਨੀ, ਕੱਲੇ ਭੌਰ ਦਾ ਚਿੱਤ ਨੀ ਲੱਗਦਾ, ਉਹ ਕੱਲੇ ਭੌਰ ਦਾ ਚਿੱਤ ਨੀ ਲੱਗਦਾ, ਸੁਣੀ ਹਵੇਲੀ ਗੂੰਜੇ ਨੀ, ਕਿਹੜਾ ਮੇਰੇ ਭਾਂਡੇ ਮਾਰ ਦੂ, ਉਹ ਕਿਹੜਾ ਮੇਰੇ ਭਾਂਡੇ ਮਾਰ ਦੂ, ਕਿਹੜਾ ਬੇੜਾ ਹੁੰਜੇ ਲੈ ਕੇ ਜਾਊਂਗਾ ਮੋਤੀ ਬਾਗ ਦੇ ਜਾਊਂਗਾ, ਮੋਤੀ ਬਾਗ ਦੇ ਖੂੰਜੇ ਲੈ ਕੇ ਜਾਊਂਗਾ, ਮੋਤੀ ਬਾਗ ਦੇ ਖੂੰਜੇ ਲੈ ਕੇ ਜਾਊਂਗਾ। ਉਹ ਪਹਿਲਾਂ ਮੁੰਡੇ ਨੇ ਲਿਖੀਆਂ ਬੋਲੀਆਂ, ਹੁਣ ਲਿਖਦਾ ਕਵਿਤਾਵਾਂ, ਵੀ ਕਾਲਜ ਚ ਲੁੱਟੇ ਬੜੇ ਨਜ਼ਾਰੇ, ਬੱਲੇ 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 ਬੱਲੇ, ਉਹ ਕਾਲਜ ਚ ਲੁੱਟੇ ਬੜੇ ਨਜ਼ਾਰੇ, ਹੁਣ ਦੇਵੇ ਨੇ ਇੱਕ ਸਲਾਹਣ, ਸੁਣ ਲੈ ਕੰਨ ਕਰਕੇ ਦਿਲ ਦਾ ਹਾਲ ਸੁਣਾਵਣ, ਸੁਣ ਲੈ ਕੰਨ ਕਰਕੇ ਦਿਲ ਦਾ ਹਾਲ ਸੁਣਾਵਣ, ਸੁਣ ਲੈ ਕੰਨ ਕਰਕੇ ਦਿਲ ਦਾ ਹਾਲ ਸੁਣਾਵਣ, ਕੰਨ ਕਰਕੇ ਸ਼ਾਵਾ ਏ ਬੱਲੇ ਆ। ਓ ਆਈ ਐਮ ਵੈਰੀ ਹੈਪੀ ਹੈਪੀ, ਆਈ ਐਮ ਵੈਰੀ ਹੈਪੀ, ਆਈ ਐਮ ਵੈਰੀ ਹੈਪੀ ਹੈਪੀ, ਯੂ ਆਰ ਮੋਰ ਗਲੈਡ ਬਾਇਰ ਪਿੱਪਲ ਬਰਨਿੰਗ ਸੋ ਮਚ ਵੈਰੀ ਬੈਡ ਬਾਇਰ ਪਿੱਪਲ। ਧੰਨਵਾਦ। ਵਾਹ ਬਾਈ ਵਾਹ, ਤਾੜੀਆਂ ਲਾਓ ਭਾਈ ਮੁੰਡਿਆਂ ਵਾਸਤੇ। ਆ ਜਿਹੜੀ ਲਾਸਟ 'ਤੇ ਬੋਲੀ ਪਾਈ ਹੈ ਇਹਨੂੰ ਪੰਜਾਬੀ 'ਚ ਕੀ ਕਿਵੇਂ ਸੁਣਾਏਗਾ? ਇਹਦੇ 'ਚ ਹੀ ਐਂ ਕਿਹਾ ਬਾਈ, ਮੈਂ ਖੁਸ਼ ਹਾਂ ਤੂੰ ਖੁਸ਼ ਹਾਂ, ਫਿਰ ਲੋਕਾਂ ਮੱਚੀ ਜਾਂਦੇ ਆ। ਨਹੀਂ ਇਹਨੂੰ ਉਵੇਂ ਬੋਲੀ ਪਾ ਕੇ ਜੇ ਸੁਣਾਉਣਾ ਹੋਵੇ ਪੰਜਾਬੀ 'ਚ ਸੁਣਾ ਦੋਗੇ? ਨਾ ਉਵੇਂ ਜੀ ਔਖਾ ਹੀ, ਪਰ ਐਂ ਦੱਸ ਦਿੰਦੇ ਹਾਂ। ਅੱਛਾ, ਮਤਲਬ ਕੁੱਲ ਮਿਲਾ ਕੇ ਵੀ ਆਪਾਂ ਖੁਸ਼ ਹੈ ਭਾਈ, ਤੁਸੀਂ ਕੀ ਲੈਣਾ? ਤੁਸੀਂ ਕੀ ਲੈਣਾ ਜੀ? ਖੁਸ਼ ਆਈ ਬਸ, ਬਸ ਖੁਸ਼ ਹੀ ਚਾਹੀਦੇ ਪੁੱਤ, ਸਾਰੇ ਖੁਸ਼ ਰਿਹਾ ਕਰੋ, ਖੁਸ਼ ਰਹੋਗੇ ਖੂਨ ਵਧੂਗਾ, ਬਿਮਾਰੀਆਂ ਤੋਂ ਬਚੋਗੇ, ਹੈ ਨਾ? ਵੈਰੀ ਗੁੱਡ, ਵੈਰੀ ਗੁੱਡ। ਤੁਸੀਂ ਵੱਡੇ ਹੋ ਕੇ ਕੀ ਕਰਨਾ? ਪਬਜੀ ਪਲੇਅਰ ਜੀ। ਪਬਜੀ ਪਲੇਅਰ? ਹਾਂਜੀ। ਉਹਦੇ ਹੋ ਕੇ ਫਿਰ ਵਾਸਤੇ ਵੱਡਾ ਹੋਣ ਦੀ ਲੋੜ ਹੀ ਨਹੀਂ, ਤਾਂ ਤੂੰ ਹੁਣੇ ਵੀ ਹੈਗਾ? ਹਾਂਜੀ ਹੁਣ ਹੈਗੇ ਆ, ਕਿਉਂ ਹੁਣ ਥੋੜ੍ਹੀ ਘੱਟ ਆਉਂਦੀ ਹੈਗੀ। ਅੱਛਾ, ਹੁਣ ਘੱਟ ਆਉਂਦੀ ਹੈ, ਉਹਦੇ ਵਾਸਤੇ ਵੀ ਸਿੱਖਣਾ ਪੈਂਦਾ? ਹਾਂਜੀ ਹਾਂਜੀ। ਭਰਾਵਾ ਕੋਈ ਹੋਰ ਚੀਜ਼ ਸਿੱਖ ਲੈ, ਇਹਦਾ ਪਬਜੀ ਦਾ ਕੀ ਕਰੇਗਾ?
ਪੈਸੇ ਪੂਸੇ ਬਣ ਜਾਣੇ ਤੈਨੂੰ? ਬਹੁਤ ਜੀ ਬਹੁਤ ਪੈਸੇ ਬਣਦੇ ਨੇ ਚ? ਹਾਂਜੀ ਹਾਂਜੀ. ਉਹ ਰਹਿਣ ਦੇ ਭਰਾਵਾ. ਬਈ ਬੇਟਾ ਜੇ ਕੋਈ ਛੋਟੇ ਜਵਾਕਾਂ ਚੋਂ ਕੋਈ ਇਹੋ ਜਿਹੇ ਗੇਮਾਂ ਗੁਮਾਂ ਖੇਡਦਾ ਦੇਖ ਲਓ ਫਿਰ, ਘਰ ਆ ਕੇ ਫੋਨ ਖੋਹ ਕੇ ਲੈ ਕੇ ਜਾਊਂ ਤੁਹਾਡਾ ਮੈਂ. ਠੀਕ ਹੈ, ਤੁਸੀਂ ਪੜ੍ਹਾਈ ਕਰਨੀ ਹੈ, ਇਹ ਤਾਂ ਵੱਡਾ ਹੋ ਗਿਆ, ਇਹਨੂੰ ਕੋਈ ਚੱਕਰ ਨਹੀਂ ਹੈਗਾ, ਤੁਸੀਂ ਅਜੇ ਛੋਟੇ ਹੋਗੇ. ਅਤੇ ਤੁਸੀਂ ਵੱਡੇ ਹੋ ਕੇ? ਮੈਂ ਤਾਂ ਕਨੇਡਾ ਜਾਣਾ. ਹਾਏ, ਮੈਂ ਤਾਂ ਕਨੇਡਾ ਜਾਊਂ ਬਾਈ, ਮੇਰਾ ਨਾ ਜੀ ਵਾਲਾ ਲੱਗਦਾ ਉੱਥੇ. ਕਨੇਡਾ ਕੀ ਹੈ ਇਹੋ ਜਿਹਾ? ਉੱਥੇ ਵੱਡਾ ਭਰਾ ਜੀ, ਤੁਹਾਡਾ ਵੱਡਾ ਭਰਾ ਉੱਥੇ ਹੈ? ਹਾਏ, ਮੇਰਾ ਭਾਈ ਬਿਨਾਂ ਜੀ ਨਹੀਂ ਲੱਗਦਾ, ਭਾਈ ਨੂੰ ਭਾਈ ਦੀ ਖਿੱਚ ਹੁੰਦੀ ਹੈ ਨਾ, ਤਾਂ ਕਰਕੇ. ਅੱਛਾ, ਉੱਥੇ ਹੈ? ਹਾਂਜੀ. ਵੈਰੀ ਗੁੱਡ. ਉੱਥੇ ਜਾ ਕੇ ਕਰਨਾ ਕੀ ਹੈ? ਜਾ ਕੇ ਜਿਹੜੇ ਸਾਰੇ ਕਰਦੇ ਜੀ ਉਹੀ ਅਸੀਂ ਕਰ ਲਾਂਗੇ. ਨਹੀਂ, ਸਾਰੇ ਕੀ ਕਰਦੇ ਮੈਨੂੰ ਤਾਂ ਪਤਾ ਨਹੀਂ. ਦਿਹਾੜੀਆਂ ਕਰਦੇ ਜੀ ਅਸੀਂ ਕਰ ਲਾਂਗੇ. ਅਤੇ ਦਿਹਾੜੀ ਇੱਥੇ ਲੱਗ ਜਾ ਪੱਠੇ ਪੁੱਠੇ ਦੇ ਕਿਤੇ? ਉੱਥੇ ਪੈਸੇ ਵੱਧ ਬਣਦੇ ਜੀ. ਆਹ ਠੀਕ ਹੈ ਬਾਈ ਗੱਲ, ਉੱਥੇ ਪੈਸੇ ਵੱਧ ਬਣਦੇ ਨੇ, ਇਸ ਕਰਕੇ ਲੋਕਾਂ ਨੂੰ ਖਿੱਚ ਰਹਿੰਦੀ ਹੈ ਬਾਹਰ ਜਾਣ ਦੀ. ਬਣਾਂਗੇ ਵੀ ਕੁਛ ਜੀ, ਇੱਥੇ ਟਰੱਕ ਡਰਾਈਵਰ ਬਣਾਂਗੇ ਜਾਂ ਹੋਰ? ਟਰੱਕ ਡਰਾਈਵਰ ਨੂੰ ਵੱਧ ਪੈਸੇ ਬਣਦੇ ਨੇ ਸਭ ਤੋਂ, ਹੈ ਨਾ? ਹਾਂਜੀ, ਜਾਂ ਫਿਰ ਉੱਥੇ ਹੋਰ ਪੜ੍ਹ ਲਿਖ ਕੇ ਕੁਛ ਹੋਰ ਬਣ ਜਾਏਗੀ? ਉਹ ਤਾਂ ਮੈਨੂੰ ਪਤਾ ਤੇਰਾ, ਉਹ ਤਾਂ ਉਹ ਨਾ ਐਂ ਨਾ ਕਹਿ ਤੂੰ. ਹੁਸ਼ਿਆਰ ਆਈ ਮੈਂ. ਮੈਨੂੰ ਪਤਾ ਤੂੰ ਕਿੰਨਾ ਹੁਸ਼ਿਆਰ ਹੈ. ਬੈਸਟ ਫਰੈਂਡ ਕੌਣ ਆ ਤੁਹਾਡਾ? ਰਵਨੀਤ ਜੀ. ਇਹ ਮੁੰਡਾ? ਠੀਕ ਹੈ ਠੀਕ ਹੈ. ਇਹਦੇ ਵਾਸਤੇ ਜੇ ਦੋ ਲੈਣਾ ਕੁਛ ਬੋਲਣਾ ਹੋਵੇ? ਇਹ ਤੇ ਮੈਂ ਪਹਿਲਾਂ ਲਿਖੇ ਸੀਗੀ, ਪਹਿਲੀਆਂ ਦਾ ਯਾਰ ਨਹੀਂ ਭਰਾਵਾਂ ਵਰਗਾ, ਪੈਰ ਪੱਟਦਾ ਨਹੀਂ ਜਿੱਥੇ ਜਿੱਥੇ ਅੜਦਾ, ਬੜੇ ਕਹਿੰਦਿਆਂ ਕਹਾਉਂਦਿਆਂ ਦੀ ਪੰਨੀ ਹਿੰਡ ਨੀ, ਇਹਦਾ ਮਾਨਾ ਗੁੱਤ ਤੇ ਉਹ ਚੌ ਪਿੰਡ ਨੀ, ਇਹਦਾ ਮਾਨਾ ਗੁੱਤ ਤੇ ਉਹ ਚੌ ਪਿੰਡ ਨੀ. ਕਿਆ ਬਾਤ ਹੈ ਬਾਈ, ਕਿਆ ਬਾਤ ਹੈ. ਤੁਹਾਡਾ ਬੈਸਟ ਫਰੈਂਡ ਕੌਣ ਹੈ? ਫਿਰ ਕਰਨੀ ਦੇਖ ਲੈ ਮਾਂ ਕਿਤੇ ਇਹਦਾ ਦੋਵੇਂ ਤੇਰਾ ਗਾਹ ਹੋਵੇ. ਹਾਏ, ਹਾਂਜੀ. ਤੁਸੀਂ ਵੱਡੇ ਹੋ ਕੇ ਕਨੇਡਾ ਜਾਣੀ? ਹਾਏ, ਕਨੇਡਾ ਜਾਊਂ ਮੈਂ. ਕਲਾਸ ਤੁਹਾਡੀ ਕਿਹੜੀ ਹੈ? ਨੌਵੀਂ ਕਲਾਸ. ਉਹ ਕਨੇਡਾ ਜਾ ਕੇ ਕਰਨਾ ਕੀ ਹੈ? ਡਰਾਈਵਰ. ਡਰਾਈਵਰ? ਹਾਂਜੀ. ਟਰੈਕਟਰ ਦੀ ਆਵਾਜ਼ ਕੱਟ ਕੇ ਦਿਖਾਇਓ. ਟਰਾਲੇ ਦੀ ਆਵਾਜ਼ ਹੈ, ਟਰਾਲੇ ਦੀ ਸਰਵਿਸ ਕਰਾਉਣ ਵਾਲੀ ਇਹਦੇ ਟਰਾਲੇ ਦੀ ਮਗਲੈਲ ਚੱਕਦਾ ਇਹ. ਤਾੜੀਆਂ ਲਾਓ ਭਾਈ ਜਵਾਕਾਂ ਵਾਸਤੇ, ਮੁੰਡੇ ਬੜੇ ਪਿਆਰੇ ਨੇ ਤਿੰਨੇ. ਬੇਟੇ ਸਤਿ ਸ਼੍ਰੀ ਅਕਾਲ. ਹਾਏ ਮਿੱਡੀ. ਇਹ ਤੁਸੀਂ ਆਪ ਕਿਹਾ ਸੀ ਮੰਮੀ ਨੂੰ ਜਾਂ ਤੁਸੀਂ ਆਪ ਬਣਾਈਆਂ ਨੇ? ਮਿੱਡੀ ਮੰਮਾ ਨੇ ਬਣਾਈਆਂ. ਕੀ ਕਿਹਾ ਸੀ ਤੁਸੀਂ ਨੇ? ਕੁਛ ਨਹੀਂ ਕਿਹਾ. ਮੰਮਾ ਨੇ ਆਪੇ ਕਰਤੀਆਂ? ਅੱਛਾ, ਤੁਹਾਡਾ ਨਾਮ ਕੀ ਹੈ? ਹਰਨੂਰ ਕੌਰ. ਹਰਨੂਰ. ਤੁਹਾਡਾ ਪੁੱਤ? ਲਕਸ਼ੀਤਾ. ਲਕਸ਼ੀਤਾ. ਤੁਸੀਂ ਕੀ ਕਰਕੇ ਦਿਖਾਓਗੇ ਹੁਣ? ਅਸੀਂ ਸੱਸ ਬਹੂ ਦਾ ਐਕਟ. ਸੱਸ ਬਹੂ ਦਾ ਐਕਟ? ਸੱਸ ਕੌਣ ਹੈ ਤੁਸੀਂ? ਅੱਛਾ, ਤੁਸੀਂ ਸੱਸ ਮਿੱਡੀ ਵਾਲੀ ਸੱਸ ਨੂੰਹ ਆ ਜਿਹੜੀ ਸਿੰਪਲ ਹੈਗੀ, ਆ ਸੱਸ ਆ ਗਈ ਮਿੱਡੀ ਵਾਲੀ. ਆ ਲੈ ਪੁੱਤ, ਓ ਸੱਸ ਆ ਫੜ. ਕਿਸੀ ਨੇ ਨਾ ਸਹੀ ਹੀ ਕਿਹਾ ਹੈ ਕਿ ਹਰ ਸੁੱਖ ਕੇ ਬਾਅਦ ਦੁੱਖ ਆ ਹੀ ਜਾਤਾ ਹੈ, ਔਰ ਲੋ ਅੱਜ ਮੇਰੀ ਬਹੂ ਆਨੇ ਵਾਲੀ ਹੈ. ਜੀਤੀ ਰਹੋ ਬੇਟਾ, ਜੀਤੀ ਰਹੋ. ਅਰੇ ਕਿਆ ਪੈਰ ਖੁਜਾ ਰਹੀ ਹੂ, ਦੇਖੋ ਤੋ ਕਿਤਨੀ ਪਿਆਰੀ ਲੱਗ ਰਹੀ ਹੈ ਇਸ ਭਾੜੇ ਕੀ ਡਰੈਸ ਮੇ, ਐਸਾ ਲੱਗ ਰਿਹਾ ਹੈ ਜੈਸੇ ਸਖਤਾ ਮੇਕਅਪ ਉਠਾ ਲਾਏ ਹੋ. ਭਗਵਾਨ ਕਰੇ ਤੁਮੇ ਮੇਰੀ ਨਜ਼ਰ ਲੱਗ ਜਾਏ. ਭਗਵਾਨ ਕਰੇ ਆਪਕੋ ਬਿਜਲੀ ਕਾ ਝਟਕਾ ਯਾ ਕੋਈ ਅੱਛੀ ਸੀ ਬਿਮਾਰੀ ਲੱਗ ਜਾਏ. ਤੂੰ ਫਿਕਰ ਮਤ ਕਰ ਬਹੂ, ਜਬ ਤੁਸੇ ਰਗੜ ਰਗੜ ਕੇ ਕਪੜੇ ਧੁਲਵਾਉਂਗੀ ਨਾ, ਤੋ ਸਾਰੀ ਅਕਲ ਠਿਕਾਨੇ ਆ ਜਾਏਗੀ. ਹਾਂ, ਆਪ ਤੋ ਕਬ ਸੇ ਧੋ ਰਹੀ ਹੋ, ਫਿਰ ਆਪਕੀ ਕਿਉਂ ਨਹੀਂ ਆਈ? ਚਲ ਕੋਈ ਬਾਤ ਨਹੀਂ, ਅਬ ਆਗੇ ਕੀ ਰੀਤੀ ਰਿਵਾਜ ਸ਼ੁਰੂ ਕਰ ਲੈਤੇ ਹੈ. ਪੂਜਾ ਕੀ ਥਾਲੀ, ਪੂਜਾ ਕੀ ਥਾਲੀ. ਅਰੇ ਮਾਂ ਜੀ, ਝੂਠੀ ਥਾਲੀ? ਹਾਂ, ਪੂਜਾ ਮੇਰੀ ਬੇਟੀ, ਉਸਨੇ ਖਾਣਾ ਖਾ ਲਿਆ ਨਾ ਬਹੂ, ਤੋ ਉਸਕੀ ਝੂਠੀ ਥਾਲੀ ਲੈ ਆਈ. ਤੁਮੇ ਕਿਆ ਲਗਾ ਤੇਰੀ ਪੂਜਾ ਮੈਂ ਹਲਦੀ ਔਰ ਚੰਦਨ ਸੇ ਕਰੂੰਗੀ? ਅਰੇ ਵਾਹ, ਕਿਤਨੀ ਅੱਛੀ ਮਹਿੰਦੀ ਲਗਾ ਰੱਖੀ ਹੈ, ਅਭੀ ਇਸਕੀ ਸਾਰੀ ਮਹਿੰਦੀ ਉਤਰਵਾਤੀ ਹੂੰ. ਜਾ ਬਹੂ ਰਜੋਈ ਘਰ ਮੈਂ ਜਾ ਕੇ ਖਾਣਾ ਬਣਾ ਕੇ ਲੈ ਕੇ ਆ. ਅਭੀ ਲਾਈ ਚਾ ਵੀ, ਮੇਰਾ ਮਤਲਬ ਹੈ ਮਾਂ ਜੀ. ਤਬ ਤੱਕ ਮੈਂ ਯੂਟਿਊਬ ਦੇਖ ਲੈਤੀ ਹੂੰ, ਬਹੂ ਕੋ ਸਤਾਨੇ ਕੇ ਨਏ ਨਏ ਆਈਡੀਆਜ਼ ਮਿਲ ਜਾਏਂਗੇ. ਅਰੇ ਇਹ ਕਿਆ ਬਹੂ, ਜਲਾ ਹੁਆ ਪਰਾਠਾ ਲਾਈ ਹੈ? ਆਪਕੀ ਬਾਤੋਂ ਸੇ ਮੈਚ ਕਰੇਗਾ. ਤੁਹਾਨੂੰ ਤਿਆਰ ਕਿਹਨੇ ਕਰਾਏ ਸੀ ਇਹ ਪਰਫਾਰਮੈਂਸ? ਵੈਸੇ ਸ਼ਾਲੂ ਮੈਮ ਨੇ ਸਾਨੂੰ ਵੀਡੀਓ ਦਿਖਾਈ ਸੀ. ਸ਼ਾਲੂ ਮੈਮ ਨੇ? ਸ਼ਾਲੂ ਮੈਮ ਵਿਆਹੇ ਹੋਏ ਨੇ ਕਿ ਨਹੀਂ? ਅੱਛਾ, ਪਹਿਲਾਂ ਪਤਾ ਮੈਮ ਨੂੰ ਵੀ ਐਂ ਜੇ ਵੀ ਹੁੰਦਾ ਹੁੰਦਾ ਇੱਕ ਨਾ. ਚਲੋ ਵੈਰੀ ਗੁੱਡ ਪੁੱਤ, ਵੈਰੀ ਗੁੱਡ. ਤੁਸੀਂ ਵੱਡੇ ਹੋ ਕੇ ਕੀ ਬਣਨਾ? ਅਸੀਂ ਆਈਪੀਐਸ ਆਫਿਸਰ. ਸਲਿਊਟ ਆ ਤੁਹਾਨੂੰ ਪੁੱਤ. ਤੇ ਤੁਸੀਂ? ਆਈਐਸ ਆਫਿਸਰ. ਅੱਛਾ, ਤੁਸੀਂ ਵੀ ਦੇ ਨਾਲ ਹੀ ਹਨ, ਸਲਿਊਟ ਤੁਹਾਨੂੰ ਵੀ ਹੈ. ਤੇ ਉੱਥੇ ਵੀ ਐਂ ਜੇ ਤੁਸੀਂ ਡਿਊਟੀ ਇਕੱਠੀ ਲੱਗ ਗਈ, ਸੱਸ ਨੂੰ ਵਾਲਾ ਰੋਲ ਕਰਿਆ ਕਰੋਗੇ? ਤੇ ਤਾੜੀ ਲਾਓ ਇਹਨਾਂ ਭੈਣਾਂ ਲਈ. ਥੈਂਕ ਯੂ ਪੁੱਤਰ, ਥੈਂਕ ਯੂ. ਆ ਜਾਓ. ਠੀਕ ਠਾਕ ਹੋ? ਹਾਂਜੀ. ਕੀ ਨਾਮ ਹੈ? ਜਸ਼ਨਪ੍ਰੀਤ ਸਿੰਘ. ਆ ਬਾਲਾਂ ਨੂੰ ਕੀ ਹੋ ਗਿਆ?
ਉਂਝੀ ਹੋ ਜਾਂਦੇ ਆਪਣੇ ਆਪ ਉਂਝੀ ਹੋ ਜਾਂਦੇ ਆਪਣੇ ਆਪ ਹੈ ਕਿੱਧਰ ਨੂੰ ਫਿਰਦੇ ਨੇ ਇਹ ਓਕੇ ਕੀ ਕਰਕੇ ਦਿਖਾਓਗੇ ਹੁਣ ਜੋਕਸ ਚਲ ਸੁਣਾ ਦੇ ਪਹਿਲਾਂ ਜੋਕ ਸੁਣਦੇ ਆ ਇੱਕ ਸੀ ਜੱਟ ਇੱਕ ਸੀ ਅੰਗਰੇਜ਼ ਘਰ ਤੇ ਆਈ ਜਾਂਦੇ ਸੀ ਘਰ ਤੇ ਇੱਕ ਕਾਂ ਆ ਕੇ ਬੈਠ ਗਿਆ ਅੰਗਰੇਜ਼ ਕਹਿੰਦਾ ਦੀਸੀ ਸਕਰੋ ਜੱਟ ਕਹਿੰਦਾ ਤੇਰੀ ਮਾਂ ਦਾ ਪਿਓ ਅੱਗੇ ਆ ਕੇ ਗਾ ਜਾਂਦੀ ਆ ਗੋਬਰ ਕਰ ਦਿੰਦੀ ਆ ਅੰਗਰੇਜ਼ ਕਹਿੰਦਾ ਦੀਸੀ ਸੋ ਗੋਬਰ ਦਾ ਕੇ ਇੱਕ ਜੱਟ ਕਹਿੰਦਾ ਚੱਟ ਕੇ ਤਾਂ ਵੇਖ ਇੱਕ ਵਾਰ ਇੱਕ ਅੰਗਰੇਜ਼ 15 ਦਿਨਾਂ ਲਈ ਪੰਜਾਬ ਜਾਂਦਾ 15 ਦਿਨਾਂ 'ਚੋਂ ਪੰਜਾਬੀ ਦੀਆਂ ਦੋ ਲਾਈਨਾਂ ਹੀ ਸਿੱਖਦਾ ਪਹਿਲੀ ਸ਼ੁਕਰਾ ਰੱਬਾ ਲੈਟ ਆ ਗਈ ਅਤੇ ਦੂਜੀ ਉਹ ਮੇਰੇ ਸਾਲੇ ਦੀ ਫੇਰ ਭੱਜ ਗਈ ਪੂਰੀ ਦੁਨੀਆ ਵਿੱਚੋਂ ਭਾਰਤ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਦੀਵਾਰ 'ਤੇ ਲਿਖ ਕੇ ਦੱਸਿਆ ਜਾਂਦਾ ਕਿ ਇਸ ਦੀਵਾਰ 'ਤੇ ਲਿਖਣਾ ਮਨਾ ਹੈ ਕਿਹਨੇ ਤਿਆਰੀ ਕਰਾਈ ਹੈ ਬਣਾਉਂਗਾ ਮੇਰਾ ਨਾਮ ਜੀ ਲਵਕਰਨ ਹੈ ਜੀ ਲਵਕਰਨ ਹਾਂਜੀ ਥੋੜਾ ਜਿਹਾ ਇੱਧਰ ਨੂੰ ਕਰਨਾ ਹੈ ਮੈਂ 7th ਰੈਡ ਕਲਾਸ ਚ ਪੜਦਾ ਹਾਂ ਠੀਕ ਹੈ ਮੈਂ ਅੱਜ ਸ਼ਾਇਰੀ ਸੁਣਾਉਂਗਾ ਸ਼ਾਇਰੀ ਪੇਂਡੂ ਸੁਣਾ ਪੁੱਤ ਨਾ ਸ਼ਾਇਰੀ ਚੂਰੀ ਨਹੀਂ ਸੁਣਦੇ ਆਪਾਂ ਪੇਂਡੂ ਸੁਣਾ ਦੇ ਕੁਛ ਚਲ ਸੁਣਾ ਦੇ ਦੋਸਤਾਂ ਦੁਨੀਆਦਾਰੀ ਤੇ ਤਾਂ ਵਾਧੂ ਜਾਣੇ ਆਉਂਦੇ ਪਰ ਕਿਤੇ ਮਾਪਿਆਂ ਵਰਗਾ ਯਾਰ ਨਹੀਂ ਮਿਲਣਾ ਇੱਕ ਗੱਲ ਵੀਰੇ ਮੇਰੀ ਨੋਟ ਕਰ ਲਿਓ ਕਿਤੇ ਮਾਪਿਆਂ ਵਰਗਾ ਪਿਆਰ ਨਹੀਂ ਮਿਲਣਾ ਦੋਸਤਾਂ ਕਿਤਾਬਾਂ ਨਾਲ ਕਦੇ ਅਕਲ ਨਹੀਂ ਆਉਂਦੀ ਇਹ ਮਜਬੂਰੀਆਂ ਅਕਲ ਸਿਖਾ ਦਿੰਦੀਆਂ ਉਮਰਾਂ ਨਾਲ ਕਿਤੇ ਬੰਦਾ ਸਮਝਦਾਰ ਨਹੀਂ ਬਣਦਾ ਇਹ ਠੋਕਰਾਂ ਸਮਝਦਾਰ ਬਣਾ ਦਿੰਦੀਆਂ ਵੈਰੀ ਗੁੱਡ ਵੈਰੀ ਗੁੱਡ ਬਹੁਤ ਸੋਹਣਾ ਵੱਡਾ ਹੋ ਕੇ ਕੀ ਬਣਨਾ ਜਿਹੜਾ ਰੱਬ ਨੇ ਸੋਚ ਲਈ ਜਿਹੜਾ ਹੀ ਰੱਬ ਨੇ ਸੋਚ ਲਿਆ ਤੇ ਪੁੱਤ ਰੱਬ ਸੋਚਦਾ ਨਹੀਂ ਹੁੰਦਾ ਰੱਬ ਤਾਂ ਮਤਲਬ ਦੇਖ ਰਿਹਾ ਹੁੰਦਾ ਹੈਗਾ ਕਰਨਾ ਤਾਂ ਆਪਾਂ ਹੁੰਦਾ ਹੈਗਾ DSP ਹਾਂ ਐਂ ਕਹੇ ਨਾ ਫਿਰ ਡਿਊਟੀ ਕਿੱਥੇ ਲਵਾਏਗਾ ਪੰਜਾਬ ਚ ਕਿੱਥੇ ਕਿਹੜੇ ਡਿਸਟ੍ਰਿਕਟ ਚ ਬਠਿੰਡੇ ਆਪਦੇ ਨੇੜੇ ਲਵਾਏਗਾ ਘਰ ਦੇ ਨੇੜੇ ਹੈ ਤੇ ਤਾੜੀਆਂ ਲਾ ਦੋ ਭਾਈ ਆ ਮੁੰਡੇ ਵਾਸਤੇ DSP ਬਣੂਗਾ ਵੱਡਾ ਹੋ ਕੇ ਕੀ ਨਾਮ ਤੁਹਾਡਾ ਸਾਨੀਆ ਬੰਸਲ ਓ ਥੋੜਾ ਹੇਅਰ ਸਟਾਈਲ ਬਹੁਤ ਸੋਹਣਾ ਕਿੱਥੋਂ ਕਰਵਾਇਆ ਸੀ ਹੈ ਕਲਰ ਮਾਸਟਰ ਆ ਕਰਿਓ ਦੁਬਾਰਾ ਇੰਜ ਤੇ ਤੁਸੀਂ ਕੀ ਸੁਣਾਓਗੇ ਹੁਣ ਮੈਂ ਤੁਹਾਡੇ ਇੱਕ ਸਵਾਲ ਪੁੱਛੂੰਗਾ ਉਹਦਾ ਜਵਾਬ ਦਊਂਗੇ ਤੁਸੀਂ ਮੇਰੇ ਤੋਂ ਸਵਾਲ ਪੁੱਛੋਗੇ ਤੇ ਮੈਂ ਤੁਹਾਨੂੰ ਜਵਾਬ ਜ਼ਰੂਰ ਦਊਂਗਾ ਪੁੱਛੋ ਅਸਮਾਨ ਵਿੱਚ ਕਿੰਨੇ ਤਾਰੇ ਹੁੰਦੇ ਆ ਅਸਮਾਨ ਵਿੱਚ ਕਿੰਨੇ ਤਾਰੇ ਹੁੰਦੇ ਆ ਪਤਾ ਕਿਸੇ ਨੂੰ ਕਿੰਨੇ ਤਾਰੇ ਹੁੰਦੇ ਆ ਆ ਜਾ ਹਾਂ ਮੇਰਾ ਪੁੱਤ ਅਣਗਿਣਤ ਜੀ ਇਹਦਾ ਤਾਂ ਮਤਲਬ ਨਹੀਂ ਬਣਿਆ ਪੁੱਤ ਕੁਛ ਕੋਈ ਚੱਲ ਕੋਈ ਨਹੀਂ ਹੋਰ ਗਿਣ ਸਕਦੇ ਨਹੀਂ ਜੀ ਉਹਨਾਂ ਗਿਣ ਸਕਦੇ ਨਹੀਂ ਫਿਰ ਗਾਣਿਆਂ 'ਚ ਕਾਹਤੋਂ ਕਹੀ ਜਾਂਦੇ ਨੇ ਵੀ ਮੈਂ ਤੇਰੀ ਯਾਦ 'ਚ ਤਾਰੇ ਗਿਣਦਾ ਰਿਹਾ ਉਹ ਤਾਂ ਯੂੰ ਹੀ ਕਹਿ ਰਹਿੰਦੇ ਆ ਗਈ ਕੋਈ ਨਾ ਪੁੱਤ ਤੇਰੇ 10 ਸਾਲ ਟੱਪਣ ਦੇ ਤੂੰ ਤਾਂ ਆਪਾਂ ਹੀ ਕਿਹਾ ਕਰੇਗਾ ਤੇ ਇੱਕ ਗਾਣਾ ਵੀ ਸੁਣਾ ਦਿਓ ਹੁਣ ਤਾਰਿਆਂ ਤੱਕ ਦੀਆਂ ਗੱਲਾਂ ਤਾਂ ਹੋ ਗਈਆਂ ਹੁਣ ਕੋਈ ਗਾਣਾ ਵੀ ਸੁਣਾ ਦਿਓ ਕੋਈ ਤਾਰਿਆਂ ਵਾਲਾ ਚਾਂਦੀ ਕੁੜੀ ਬਦਲਾ ਦੀ ਭੈਣ ਸਰ ਤੈਨੂੰ ਬਿਜਲੀ ਬਿਜਲੀ ਕਹਿਣ ਜ਼ਰੂਰ ਤੇ ਕਰਦੀ ਬਾਜਦਾ ਵੀ ਕੱਖ ਨਹੀਂ ਤਾਰੇ ਵੀ ਡਰ ਕੇ ਰਹਿਣ ਸਿੰਡੇਲਾ ਸਿੰਡੇਲਾ ਤੇਰੇ ਉੱਤੇ ਆਇਆ ਦਿਲ ਮੇਰਾ ਘੁੰਗਰੂ ਪਾ ਕੇ ਨਚਾਇਆ ਆ ਜਿਹੜਾ ਕਾਲਾ ਕਜਲਾ ਪਾਇਆ ਬੰਦੇ ਵਾਲਾ ਸਾਰੇ ਪਿੱਛੇ ਲਿਆਇਆ ਲੁਧਿਆਣਾ ਸਾਰੇ ਪਿੱਛੇ ਲਿਆਇਆ ਤੇਰਾ ਤੱਕਦੇ ਗੋਰੀਏ ਲੈਣ ਚੰਦ ਕੁੜੀ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਇਹ ਤੁਹਾਨੂੰ ਕਿਹਨੇ ਦੱਸਿਆ ਪੁੱਤ ਵੀ ਚੰਨ ਦੀ ਕੁੜੀ ਆ ਉਹ ਜਿਹੜੀ ਬੱਦਲਾਂ ਦੀ ਭੈਣ ਹੈਗੀ ਤੁਹਾਡੀ ਰਿਸ਼ਤੇਦਾਰੀ ਪੈਂਦੀ ਹੈ ਕੋਈ ਫਿਰ ਤੁਹਾਨੂੰ ਕਿਵੇਂ ਪਤਾ ਲੱਗਿਆ ਬਵਨੀਤ ਕੀ ਕਰਕੇ ਦਿਖਾਓਗੇ ਮੰਗਦਾ ਕਿਹੜੇ ਗਾਣੇ ਤੇ ਵਾਈਟ ਬਰਾਊਨ ਬਲੈਕ
ਅੱਛਾ ਇੰਨਾ ਕੀ ਸੀਗਾ? ਮੈਂ ਤਾਂ ਤੇਰੀ ਸਿਫਾਰਿਸ਼ ਲਾ ਰਿਹਾ ਸੀ ਭਾਈ, ਚੱਲ ਕੋਈ ਨਹੀਂ। ਅਤੇ ਬਹੁਤ ਸੋਹਣਾ ਭੰਗੜਾ ਤੁਹਾਡਾ, ਕਿਹਨੇ ਤਿਆਰ ਕਰਾਇਆ ਸੀ? ਆਪਣੇ ਆਪ ਕੀਤਾ ਸੀ। ਆਪਣੇ ਆਪ ਕੀਤਾ ਸੀਗਾ? ਓ ਗੁੱਡ ਯਾਰ, ਵੈਰੀ ਗੁੱਡ। ਇਹਨੂੰ ਕੀ ਕਹਿੰਦੇ ਨੇ? ਕੈਂਠਾ। ਹੈਂ? ਕੈਂਠਾ। ਕੈਂਠਾ, ਵੈਰੀ ਗੁੱਡ। ਅਤੇ ਤਿਆਰ ਤੁਹਾਨੂੰ ਕਿਹਨੇ ਕੀਤਾ ਸੀ ਡਰੈਸ ਅਪ ਤੁਹਾਡਾ? ਮੰਮਾ ਦੀ ਲਾ ਕੇ ਲਿਆਏ ਸੀ। ਹੈਂ? ਮੰਮਾ ਦੀ ਲਾ ਕੇ ਲਿਆਏ ਸੀ। ਮੰਮਾ ਦੀ ਲਾ ਕੇ ਲਿਆ ਸੀਗੇ। ਓਕੇ, ਵੱਡੇ ਹੋ ਕੇ ਕੀ ਬਣਨਾ? ਜੱਜ। ਜੱਜ। ਅਤੇ ਤਾੜੀਆਂ ਲਾਓ ਭਾਈ ਮੁੰਡੇ ਲਈ। ਥੈਂਕ ਯੂ ਪੁੱਤਰ, ਆ ਜਾ। ਕੀ ਨਾਮ ਹੈ ਤੁਹਾਡਾ? ਘਰਦਿਆਂ ਨੇ ਨਾਮ ਤਾਂ ਮੇਰਾ ਬਫਕੀੜੇ ਦੀ ਰੱਖਿਆ ਸੀ, ਕਹਿੰਦਾ ਕੋਈ ਨਹੀਂ ਸਾਰੇ ਮੈਨੂੰ ਗੋਲ ਗੱਪਾ ਹੀ ਕਹਿੰਦੇ ਆ। ਘਰਦਿਆਂ ਨੇ ਕੀ ਨਾਮ ਰੱਖਿਆ ਸੀ? ਬਫਕੀੜੇ ਤਾਂ ਰੱਖਿਆ ਸੀ, ਕਹਿੰਦਾ ਕੋਈ ਨਹੀਂ ਸਾਰੇ ਮੈਨੂੰ ਗੋਲ ਗੱਪਾ ਹੀ ਕਹਿੰਦੇ ਆ। ਸੱਚੀ ਮਿੱਚੀ ਗੋਲ ਗੱਪਾ ਕਹਿੰਦੇ ਨੇ? ਕਿਆ ਬਾਤ ਹੈ ਬਾਈ, ਮੈਂ ਤਾਂ ਜੋ ਬੋਲਦਾ ਸੱਚ ਬੋਲਦਾ ਬਾਈ ਆਪਾਂ ਨੂੰ। ਅੱਛਾ ਆਹ ਇਹਦਾ ਕੀ ਜਹਾਜ਼ਾ ਬਣਾਈ ਜਾਂਦੇ ਹੋ? ਅੱਛਾ ਫੋਟੋ। ਤਾੜੀਆਂ ਲਾਓ ਭਾਈ ਮੁੰਡੇ ਵਾਸਤੇ, ਇਹ ਵੀ ਸੋਹਣੀ ਫੋਟੋ ਲੈ ਕੇ ਆਇਆ ਇੱਕ। ਚੱਲ ਕੋਈ ਨੀ, ਇੱਕ ਮੈਂ ਬੋਲੂਗਾ ਹੁਣ, ਹੁਣ ਤੁਸੀਂ ਬੋਲ ਕੇ ਦਿਖਾਉਣਾ, ਠੀਕ ਹੈ? ਤੁਸੀਂ ਬੋਲਣਾ ਡਬਲ ਬਬਲ ਗਮ ਬਬਲ ਡਬਲ ਗਮ। ਡਬਲ ਬਬਲ ਗਮ ਡਬਲ ਬਬਲ ਗਮ। ਕਿਹੜਾ ਬੱਚਾ ਬੋਲ ਕੇ ਦਿਖਾਊਗਾ? ਹੈਗਾ ਕੋਈ ਸ਼ੇਰ ਬੱਗਾ ਇਹੋ ਜਿਹਾ ਜਿਹੜਾ ਬੋਲ ਕੇ ਦਿਖਾਊਗਾ? ਹੈ, ਆ ਜਾ। ਡਬਲ ਬਬਲ ਗਮ ਡਬਲ ਬਬਲ ਗਮ। ਮੇਰੇ ਕਿਹੜੀ ਨਾ ਦੇਖ, ਉੱਧਰ ਦੇਖ ਹੁਣ। ਡਬਲ ਬਬਲ ਗਮ ਬਬਲ। ਹੀ 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 ਹੀ। ਹੋਰ ਵਧੀਆ। ਡਬਲ ਬਬਲ ਗਮ ਬਬਲ ਡਬਲ ਗਮ ਬਬਲ ਗਮ ਡਬਲ। ਇਹ ਕੀ ਹੋ ਗਿਆ ਜੀ, ਹੁਣ ਭੁੱਲ ਗਿਆ ਮੈਨੂੰ। ਚੱਲ 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 ਟਰਾਈ ਕਰ। ਡਬਲ ਬਬਲ ਗਮ ਬਬਲ ਡਬਲ ਗਮ। ਚੱਲ ਕੋਈ ਨਹੀਂ, ਤਾੜੀਆਂ ਲਾਓ ਭਾਈ ਇਹਨਾਂ ਮੁੰਡਿਆਂ ਵਾਸਤੇ। ਥੈਂਕ ਯੂ। ਸਤਿ ਸ਼੍ਰੀ ਅਕਾਲ। ਨਮਸਤੇ। ਠੀਕ ਠਾਕ ਹੋ? ਨਮਸਤੇ। ਕੀ ਨਾਮ ਤੁਹਾਡਾ? ਪ੍ਰਭਜੋਤ ਰਾਣੀ। ਪ੍ਰਭਜੋਤ ਰਾਣੀ ਰਾਣੀ। ਆਹ ਰਾਣੀ, ਮਹਾਰਾਜਿਆਂ ਦੇ ਸ਼ਹਿਰ ਅਸੀਂ ਅੱਜ ਆਏ ਹੋਏ ਜੀ, ਕਿਆ ਬਾਤਾਂ ਨੇ। ਤੁਹਾਡਾ ਨਾਮ? ਰਵਨੀਤ ਕੌਰ। ਓਕੇ, ਤੁਸੀਂ ਕੀ ਕਰਕੇ ਦਿਖਾਓਗੇ ਬੇਟਾ? ਅਸੀਂ ਤੁਹਾਨੂੰ ਸਕੈਚ ਦੇਣ ਆਏ ਹਾਂ। ਅੱਛਾ, ਸਕੈਚ ਦੇਣ ਆਏ ਹੋ, ਕਿਆ ਬਾਤ ਹੈ। ਇਹਨੂੰ ਖੋਲ੍ਹ ਕੇ ਦੇਖ ਲਈਏ ਆਪਾਂ ਇੱਥੇ? ਮਿਹਨਤ ਨਾਲ ਇਹ ਜਿਹੜੇ ਹੈਗੀਆਂ ਚੀਜ਼ਾਂ ਇਹ ਬਣਦੀਆਂ ਨੇਗੀਆਂ। ਸੋ ਆਹ ਬੱਚੇ ਨੇ ਹੱਥੀ ਜਿਹੜਾ ਹੈਗਾ ਜੀ ਸਕੈਚ ਬਣਾਇਆ ਬੇਟਾ। ਇੱਕ ਵਾਰੀ ਜ਼ੋਰਦਾਰ ਤਾੜੀਆਂ। ਥੈਂਕ ਯੂ ਸੋ ਮਚ। ਇਹ ਤੁਹਾਡਾ ਪਿਆਰ ਹੈ ਪੁੱਤ, ਤੁਸੀਂ ਸ਼ੋਅ ਨੂੰ ਪਿਆਰ ਕਰਦੇ ਹੋ ਅਤੇ ਤੁਹਾਡੇ ਦਿਲਾਂ 'ਚ ਸਾਡੇ ਲਈ ਥਾਂ ਹੈਗੀ ਹੈ। ਅਤੇ ਵੱਡੇ ਹੋ ਕੇ ਕੀ ਬਣਨਾ ਤੁਸੀਂ ਨੇ ਜ਼ਿੰਦਗੀ? ਡਾਕਟਰ ਬਣਨਾ। ਅਤੇ ਤੁਸੀਂ ਵੱਡੇ ਹੋ ਕੇ ਕੀ ਬਣਨਾ? ਸੋਫਟਵੇਅਰ ਇੰਜੀਨੀਅਰ। ਅਤੇ ਤੁਸੀਂ ਉਹਨੂੰ ਬੋਲੀਆਂ ਕੋਈ ਗਾਣਾ ਕੋਈ ਸੁਣਾਓਗੇ? ਕੁਛ ਨਹੀਂ ਆਉਂਦਾ। ਅਤੇ ਤੁਹਾਡੇ ਲਈ ਸਭ ਤੋਂ ਪਿਆਰੇ ਟੀਚਰ ਸਕੂਲ 'ਚ ਇੱਕ ਕਿਹੜੇ ਨੇ? ਸ਼ਾਲੂ ਮੈਮ। ਸ਼ਾਲੂ ਮੈਮ, ਸਭ ਤੋਂ ਚੰਗੇ ਲੱਗਦੇ ਤੁਹਾਨੂੰ, ਹੈ ਨਾ? ਅਤੇ ਸਭ ਤੋਂ ਵੱਧ ਡਰ ਕਿੰਨਾ ਤੋਂ ਲੱਗਦਾ ਕੋਈ ਇੱਕ ਟੀਚਰ ਵੀ ਜਿੱਦਾਂ ਲੰਘੇ ਜਾ ਰਹੇ ਹੁਣ ਕੋਰੀਡੋਰ 'ਚੋਂ ਅਤੇ ਆਪਾਂ ਇੱਥੇ ਖੜ੍ਹੇ ਹੋਈਏ ਅਤੇ ਆਪਾਂ ਨੂੰ ਵੈਸੇ ਡਰ ਲੱਗਣ ਲੱਗ ਜਾਂਦਾ ਵੀ ਸਰ ਆ ਗਏ ਜਾਂ ਮੈਮ ਆ ਗਏ? ਉਹ ਕਿਹੜੇ ਟੀਚਰ ਨੇ? ਆਈ ਟੀ ਵਾਲੇ ਸਰ। ਆਈ ਟੀ ਵਾਲੇ ਸਰ। ਇਹ ਬੱਚਿਆਂ ਦੀ ਤਾੜੀਆਂ ਤੋਂ ਪਤਾ ਲੱਗਦਾ ਜੀ ਵੀ ਇਹ ਆਈ ਟੀ ਵਾਲੇ ਸਰ ਤੋਂ ਸਾਰੇ ਬੱਚੇ ਹੀ ਡਰਦੇ ਨੇ। ਹੈ, ਸਹੀ ਹੈ ਗੱਲ? ਓ ਹੋ ਹੋ, ਕਿਆ ਬਾਤ ਆ ਜੀ। ਤਾਂ ਚਲੋ ਵਧੀਆ ਗੱਲ ਹੈ ਜੀ, ਬੱਚਿਆਂ ਦੇ ਅੰਦਰ ਡਰ ਹੋਣਾ ਜ਼ਰੂਰੀ ਹੈ ਕਿਉਂਕਿ ਜੇ ਡਰ ਕੇ ਰਹਿਣਗੇ ਇਹ ਤਾਂ ਸ਼ਾਇਦ ਪੜ੍ਹਾਈ ਵਧੀਆ ਕਰ ਪਾਉਣਗੇ ਨਾ। ਅਤੇ ਜ਼ੋਰਦਾਰ ਤਾੜੀਆਂ ਲਾਓ ਜੀ ਇਹਨਾਂ ਬੱਚਿਆਂ ਲਈ, ਭੈਣਾਂ ਲਈ। ਥੈਂਕ ਯੂ ਬੇਟੇ। ਬੇਟਾ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ? ਹਾਂਜੀ। ਕੀ ਨਾਮ ਤੁਹਾਡਾ? ਖੁਸ਼ਪ੍ਰੀਤ ਕੌਰ। ਖੁਸ਼ਪ੍ਰੀਤ, ਤਾਂ ਹੀ ਖੁਸ਼ ਰਹਿੰਦੇ ਹੋ? ਹਾਂਜੀ। ਓਕੇ ਓਕੇ ਓਕੇ। ਇੱਕ ਉਹਦਾ ਨਾਮ ਦੁੱਖਪ੍ਰੀਤ, ਕਿਵੇਂ ਦੇਖ ਲਾ ਮੂੰਹ ਕਰਕੇ ਉਹਨੇ। ਕਿਹੜੀ ਕਲਾਸ ਤੁਹਾਡੀ? 8th ਕਲਾਸ। ਓਕੇ, ਤੇ ਤੁਸੀਂ ਕੀ ਸੁਣਾਓਗੇ ਜਾਂ ਕੀ ਕਰਕੇ ਦਿਖਾਓਗੇ? ਸ਼ਬਦ ਸੁਣਾਉਂਗੇ। ਸ਼ਬਦ? ਹਾਂਜੀ। ਠੀਕ ਹੈ, ਆ ਲਓ ਪੁੱਤ ਮਾਈਕ, ਤੁਸੀਂ ਸੁਣਾ ਦਿਓ ਸ਼ਬਦ। ਅੱਛਾ, ਇਹ ਤੁਹਾਡੇ ਫੋਟੋ ਬਣਾ ਲਿਆਂਦੀ ਹੈ। ਆ ਲਓ ਜੀ, ਬੱਚੇ ਦਾ ਪਿਆਰ ਹੈ ਅਤੇ ਜ਼ੋਰਦਾਰ ਤਾੜੀਆਂ ਇਸ ਭੈਣ ਲਈ। ਥੈਂਕ ਯੂ ਬੇਟਾ, ਥੈਂਕ ਯੂ। ਅਤੇ ਤੁਸੀਂ ਸੁਣਾ ਦਿਓ ਸ਼ਬਦ, ਸੁਣਾ ਦਿਓ। ਕਬੀਰ ਤੂੰ ਤੂੰ ਕਰਤਾ ਤੂੰ ਮੁਝ ਮੈਂ ਰਹਾ ਨਾ ਹੂੰ ਜਬ ਜਦ ਦੇਖੋ ਤਤ ਤੂੰ ਤੂੰ ਹੀ ਤੂੰ
चन्न सूरज तारे धरती विचियां वसदा हर पंछी ते हर बंदे दे अंदर वसदा सब तेरी कुदरत वसदी रब्बा तेरी कुदरत वसदी रब्बा कुदरत दे विच तू तू ही तू तू ही तू तू ही तू तन वेरी गुड पुत बहुत सोहना थोड़ा शब्द ते तुसी वड्डे होके की बनना है फुटबॉल पे फुटबॉलर किक मार के दिखाओ ओही आंदी है बॉल भाई तेरी ते फैमिली च कौन कौन है मेरे पापा पापा ममा, जी मम्मा जी सिस्टर सिस्टर जी ब्रदर, ब्रदर दादाजी चाचा जी दादाजी चाचा जी हां जी ओके ओके एक तू ही है ओहो मैं तां तुहानूं पता नहीं भी तू ही है ते सब तो वध मतलब घरे आपस च कीदी रौला रप्पा लड़ाई झगड़ा ज्यादा कीदा कीदा रहंदा हुंदा ਮਾੜਾ ਮੋਟਾ ਜਾ ਮੇਰਾ ਤੇ ਮੇਰੀ ਸਿਸਟਰ ਦਾ ਤੁਹਾਡਾ ਤੇ ਤੁਹਾਡਾ ਸਿਸਟਰ ਦਾ ਨਾ ਜ਼ੋਰਦਾਰ ਤਾੜੀਆਂ ਇਸ ਭੈਣ ਲਈ ਥੈਂਕ ਯੂ ਬੇਟਾ ਆ ਜਾਓ ਜੀ ਹਾਂਜੀ ਅਸੀਂ ਦੋਨੇ ਜੋਕ ਸੁਣਾਵਾਂਗੇ ਅਸੀਂ ਤੁਹਾਡੇ ਜੋਕ ਸੁਣਾਵਾਂਗੇ ਵੈਰੀ ਗੁੱਡ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਅੰਗਦ ਪਰਤਾ ਵੈਰੀ ਗੁੱਡ ਤੁਹਾਡਾ ਪੁੱਤਰ ਮਹਿਤਾਬ ਮਹਿਤਾਬ ਤੇ ਸੁਣਾ ਦਿਓ ਜੋਕ ਸੁਣਾ ਦਿਓ ਤੁਸੀਂ ਇੱਕ ਟੀਚਰ ਆਪਦੇ ਬੱਚੇ ਤੋਂ ਪੁੱਛਦੀ ਹੈ ਤੂੰ ਇੰਨੇ ਦਿਨ ਸਕੂਲ ਕਿਉਂ ਨਹੀਂ ਆਇਆ ਫਿਰ ਬੱਚਾ ਕਹਿੰਦਾ ਮੈਨੂੰ ਬਰਡ ਫਲੂ ਹੋ ਗਿਆ ਫਿਰ ਟੀਚਰ ਕਹਿੰਦੀ ਹੈ ਤਾਂ ਇਨਸਾਨ ਨਾਲ ਹੁੰਦਾ ਨਹੀਂ ਫਿਰ ਬੱਚਾ ਕਹਿੰਦਾ ਹੈ ਠੀਕ ਤੋਂ ਇਨਸਾਨ ਥੋੜ੍ਹੀ ਬਣ ਦਿੰਦੇ ਹੋ ਰੋਜ਼ ਬਾਹਰ ਮੁਰਗਾ ਬਣਾ ਦਿੰਦੇ ਹੋ ਸਾਡੇ ਸਕੂਲ 'ਚ ਇੱਕ ਸਵਾਲ ਪੁੱਛਿਆ ਸੀ ਉਹ ਦੱਸੋ ਕਿਹੜਾ ਮਹੀਨੇ ਬਣਾਉਂਦਾ ਮੈਂ 5 ਕਰੋੜ ਨੂੰ ਲੱਤ ਮਾਰ ਕੇ ਆਪਦੇ ਬਾਪੂ ਦਾ ਕਦੇ ਨਾਂ ਨਹੀਂ ਲੈਤਾ ਇਹਨੂੰ ਸਵਾਲ ਪੁੱਛਿਆ ਗਿਆ ਵੀ ਕੋਈ ਇਹੋ ਜਿਹੇ ਇਨਸਾਨ ਦਾ ਨਾਮ ਦੱਸੋ ਜਿਹੜਾ ਮਹੀਨੇ ਬਾਅਦ ਨਹਾਉਂਦਾ ਹੈਗਾ ਜਿਹੜਾ ਸਹੀ ਜਵਾਬ ਦੇਊਗਾ ਉਹਨੂੰ 5 ਕਰੋੜ ਰੁਪਇਆ ਮਿਲੂਗਾ ਇਹ ਬੱਚਾ ਕਹਿੰਦਾ ਮੈਂ 5 ਕਰੋੜ ਨੂੰ ਲੱਤ ਮਾਰਤੀ ਪਰ ਮੈਂ ਮੇਰੇ ਡੈਡੀ ਦਾ ਨਾਮ ਨਹੀਂ ਲਿਆ ਹੈਗਾ ਵੈਰੀ ਗੁੱਡ ਅਤੇ ਡੈਡੀ ਨੂੰ ਪਤਾ ਲੱਗ ਗਿਆ ਸੀਗਾ ਅਤੇ ਡੈਡੀ ਨੇ ਤੇਰੇ ਨੂੰ ਲੱਤ ਮਾਰੀ ਹੈਗੀ ਵੀ ਨਾਮ ਤਾਂ ਲੈਂਦਾ ਆਪਣੇ ਕੋਲ 5 ਕਰੋੜ ਆ ਜਾਂਦਾ ਹੈਂ ਡੈਡੀ ਨੇ ਕੁਛ ਕਿਹਾ ਸੀ ਤੁਹਾਨੂੰ ਫਿਰ ਕਿਹਾ ਨਹੀਂ ਕੁਛ ਵੀ ਚਲੋ ਕੋਈ ਨਹੀਂ ਵੱਡੇ ਹੋ ਕੇ ਕੀ ਬਣੋਗੇ ਫੌਜੀ ਸਲੂਟ ਮਾਰ ਕੇ ਦਿਖਾਓ ਵੈਰੀ ਗੁੱਡ ਤੁਸੀਂ ਪੁੱਤ ਵੱਡੇ ਹੋਗੇ ਐਸਟ੍ਰੋਨੌਟ ਐਸਟ੍ਰੋਨੌਟ ਵੈਰੀ ਗੁੱਡ ਜ਼ੋਰਦਾਰ ਤਾੜੀਆਂ ਛੋਟੇ ਬੱਚਿਆਂ ਲਈ ਥੈਂਕ ਯੂ ਪੁੱਤਰ ਤੁਹਾਡਾ ਨਾਮ ਬੇਟਾ ਅਨੂਰੀਤ ਅਨੂਰੀਤ ਤੁਹਾਡਾ ਪੁੱਤ ਪਨੀਤ ਓਕੇ ਤੁਸੀਂ ਕੀ ਸੁਣਾਓਗੇ ਬੋਲੀ ਅੱਛਾ ਬੋਲੀਆਂ ਤੁਸੀਂ ਵੀ ਚਲੋ ਠੀਕ ਹੈ ਸੁਣਾ ਦਿਓ ਬੋਲੀਆਂ ਆ ਲਓ ਮਾਈ ਕਿਸੇ ਦਾ ਮਾਇਆ ਡੀਸੀ ਲੱਗਿਆ ਕਿਸੇ ਦਾ ਠਾਣੇ ਦਾ ਹਾਏ ਮੇਰੇ ਮਾਈ ਦੀ ਪੱਕੀ ਨੌਕਰੀ ਰਹਿੰਦਾ ਵਿੱਚ ਵਜਾ ਨੀ ਕੀ ਕਰਦਾ ਗੋਲ ਗੱਪੇ ਵੇਚਦਾ ਮਹਿੰਗੀ ਸੀ ਮਿਲੇ ਜੁੱਡੂ ਮਗਰੇ ਮਗਰੇ ਆ ਗਿਆ ਮੈਂ ਖਾਧੀਆਂ ਖਿੱਲਾਂ ਚੁੱਡੂ ਗੋਲ ਗੱਪੇ ਖਾ ਗਿਆ ਫਿਰ ਕੀ ਹੋਇਆ ਅੜਿਆ ਨੀ ਗੋਲ ਗੱਪਾ ਉਹਦੇ ਸੰਗ ਵਿੱਚ ਅੜ ਗਿਆ ਨੀ ਗੋਲ ਗੱਪਾ ਉਹਦੇ ਸੰਗ ਵਿੱਚ ਵੈਰੀ ਗੁੱਡ ਤੁਹਾਡੀ ਕਲਾਸ ਕਿਹੜੀ ਹੈ ਪੁੱਤ ਫਸਟ ਗ੍ਰੀਨ ਓਕੇ ਤੇ ਤੁਸੀਂ ਵੱਡੇ ਹੋ ਕੇ ਕੀ ਬਣੋਗੇ ਫੌਜੀ ਵੈਰੀ ਗੁੱਡ ਤੁਸੀਂ ਵੱਡੇ ਹੋ ਕੇ ਕੀ ਬਣੋਗੇ ਮੈਮ ਤੇ ਤਾੜੀਆਂ ਲਾਓ ਜੀ ਇਹਨਾਂ ਛੋਟੇ ਜਵਾਕਾਂ ਵਾਸਤੇ ਥੈਂਕ ਯੂ ਪੁੱਤਰ ਗੱਤਕਾ ਕਰਕੇ ਦਿਖਾਊਗਾ ਨਾ ਹਾਂਜੀ ਗੱਤਕਾ ਕਰੋਗੇ ਹਾਂਜੀ ਓਕੇ ਕਿਆ ਬਾਤ ਹੈ ਵੈਰੀ ਗੁੱਡ ਵਾਹ ਬਾਈ ਵਾਹ ਕਿਆ ਬਾਤ ਹੈ ਕਿਆ ਬਾਤ ਹੈ ਜਹਾਜ਼ ਜਾਇਆ ਕਰੋਗੇ ਕਿੱਧਰ ਕਿੱਧਰ ਜਾਇਆ ਕਰੋਗੇ
ਜਿੱਧਰ ਨੂੰ ਭੇਜਤਾ ਜੀ ਬਸ ਉਧਰ ਨੂੰ ਵਗ ਜਾਵਾਂਗੇ ਤੇ ਬਠਿੰਡੇ ਕਣੀ ਬਠਿੰਡੇ ਕਣੀ ਤਾਂ ਨਹੀਂ ਆਉਂਦੇ ਇੱਧਰ ਹੀ ਦਿੱਲੀ ਵੱਲ ਹੀ ਜਾਵਾਂਗੇ ਅੱਛਾ ਦਿੱਲੀ ਵੱਲ ਜਾਏਗਾ ਨਹੀਂ ਯਾਰ ਘਰੇ ਗੇੜਾ ਮਾਰ ਜਾ ਕਰੀ ਜਹਾਜ਼ ਤੇ ਘਰੇ ਦੇਖ ਲਾਂਗੇ ਜੀ ਜੇ ਵੱਜ ਜਾ ਕਰੂ ਤਾਂ ਨਾਲੇ ਬਾਕੀ ਤੁਹਾਡੇ ਸਕੂਲ 'ਚੋਂ ਕਈ ਜਵਾਕ ਨੇ ਜਿਹਨਾਂ ਨੇ ਬਾਹਰ ਜਾਣਾ ਕੈਨੇਡਾ ਅਮੈਰੀਕਾ ਤੇ ਤੁਸੀਂ ਉਹਨਾਂ ਨੂੰ ਵੀ ਨਾਲ ਚਾੜ ਕੇ ਲੈ ਜਾ ਕਰੋ ਲੈ ਜਾਵਾਂਗੇ ਜੀ ਤੁਹਾਡੇ ਕਰਕੇ ਉਹਨਾਂ ਦਾ ਖਰਚਾ ਘੱਟ ਹੋਊਗਾ ਹਾਂਜੀ ਇੱਕ ਦੋ ਟੀਚਰ ਵੀ ਨੇ ਤੁਹਾਡੇ ਇੱਥੇ ਜਿਹੜੇ ਖੜੇ ਨੇਗੇ ਜਿਨ੍ਹਾਂ ਨੇ ਬਾਹਰ ਜਾਣਾ ਲੈ ਜਾਵਾਂਗੇ ਜੀ ਉਹਨਾਂ ਨੂੰ ਠੀਕ ਹੈ ਪਤਾ ਕੀ ਹੈ ਤੁਹਾਨੂੰ ਪੜਾਇਆ ਉਹਨਾਂ ਨੇ ਉਹਨਾਂ ਦਾ ਤੁਹਾਡਾ ਫਰਜ਼ ਬਣਦਾ ਥੋੜਾ ਬਹੁਤ ਉਹਨਾਂ ਨੂੰ ਮਤਲਬ ਬਾਹਰ ਥੋੜਾ ਹੈ ਨਾ ਲੈ ਜਾਵਾਂਗੇ ਜੀ ਤੇ ਮੈਨੂੰ ਤੁਹਾਨੂੰ ਵੀ ਲੈ ਜਾਵਾਂਗੇ ਤੇ ਮੈਂ ਤਾਂ ਨਾਲ ਬੈਠੂੰਗਾ ਮੂਹਰਲੀ ਸੀਟ ਤੇ ਬੈਠੋ ਜੀ ਕੋਈ ਤੇ ਜੇ ਨੀਂਦ ਨੂੰ ਆ ਗਈ ਮੈਂ ਚਲਾ ਤਾ ਲਊਂਗਾ ਜਹਾਜ਼ ਹਾਂਜੀ ਹਾਂਜੀ ਦੇਖੋ ਉਹ ਤਾਂ ਆਟੋ ਮੋਡ ਤੇ ਲਾ ਦਾਂਗੇ ਆਪਾਂ ਹਾਂ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ ਨਾ ਹਾਂਜੀ ਖਾਣ ਪੀਣ ਨੂੰ ਕੀ ਰੱਖਾਂਗੇ ਖਾਣ ਪੀਣ ਨੂੰ ਬਸ ਉਧਰ ਹੀ ਜਹਾਜ਼ ਤੇ ਹੋਊਗਾ ਜੀ ਕੀ ਕੁਛ ਵੀ ਬਸ ਚਲ ਠੀਕ ਹੈ ਕੋਈ ਚੱਕਰ ਨਹੀਂ ਪਰਮਾਤਮਾ ਕਰੇ ਜ਼ਰੂਰ ਪਾਇਲਟ ਬਣੇ ਇਹ ਅਤੇ ਆਪਦੇ ਸਕੂਲ ਦਾ ਆਪਦੇ ਪੇਰੈਂਟਸ ਦਾ ਨਾਮ ਰੋਸ਼ਨ ਕਰੇ ਜ਼ੋਰਦਾਰ ਤਾੜੀਆਂ ਬੱਚੇ ਲਈ ਥੈਂਕ ਯੂ ਪੁੱਤਰ ਬਿੱਲੀਆਂ ਬਿੱਲੀਆਂ ਅੱਖਾਂ ਹੈ ਤੁਹਾਡਾ ਨਾਮ ਕੀ ਹੈ ਅਨਮੋਲ ਓਕੇ ਤੁਸੀਂ ਕੀ ਸੁਣਾਓਗੇ ਗਾਣਾ ਕੋਈ ਬੋਲੀਆਂ ਮੈਂ ਤੁਹਾਨੂੰ ਇੱਕ ਚੈਲੰਜ ਦੇਣਾ ਕੀ ਚੈਲੰਜ ਇੱਕ ਮੈਨੂੰ ਚੈਲੰਜ ਦਿਓਗੇ ਠੀਕ ਹੈ ਆ ਲਓ ਚਲੋ ਮੈਂ ਇੱਕ ਮੈਂ ਫੜ ਕੇ ਰੱਖਦਾ ਅੱਛਾ ਇਹ ਵੀ ਫੋਟੋ ਵਾਲਾ ਬੱਚਾ ਹੈ ਜੀ ਇਹਦੇ ਲਈ ਵੀ ਤਾੜੀਆਂ ਲਾ ਦਿਓ ਪਹਿਲਾਂ ਬੱਚੇ ਲਈ ਪਿਆਰੀ ਜੀ ਫੋਟੋ ਬਣਾਈ ਇਹਨੇ ਲਿਆਂਦੀ ਹੈ ਬਣਾ ਕੇ ਯੋਗਾ ਚੈਲੰਜ ਉੱਚੀ ਬੋਲੋ ਮੜਾ ਜਾ ਯੋਗਾ ਅੱਛਾ ਯੋਗਾ ਚੈਲੰਜ ਦੇਉਂਗੇ ਮੈਨੂੰ ਨਾ ਪੋਤਾ ਔਖਾ ਹੋ ਜੂ ਕੰਮ ਚੱਲ ਕੋਈ ਨਾ ਆਪਾਂ ਦੇਖਦੇ ਹਾਂ ਤੁਸੀਂ ਕਰਕੇ ਦਿਖਾਓ ਯੋਗਾ ਹੋ ਗਿਆ ਪਰ ਐਂ ਨਹੀਂ ਮੈਂ ਰੱਖਿਆ ਹੈਗਾ ਜਿਵੇਂ ਤੁਸੀਂ ਐਂ ਜੇ ਰੱਖਿਆ ਸੀਗਾ ਐਂ ਤਾਂ ਔਖਾ ਹੋ ਜੂਗਾ ਪੁੱਤ ਮੁੜ ਕੇ ਪ੍ਰੋਗਰਾਮ ਵੀ ਕਰਨੇ ਹੁੰਦੇ ਨੇ ਆਪਾਂ ਨੇ ਹੈ ਨਾ ਐਵੇਂ ਕੀ ਪਤਾ ਫਿਰ ਲੰਗ ਜੀ ਮਾਰ ਕੇ ਜਾਇਆ ਕਰੂੰਗਾ ਮੈਂ ਹੁਣ ਚੰਗਾ ਭਲਾ ਤੁਰਦਾ ਮੈਂ ਹੈ ਨਾ ਔਖਾ ਹੋ ਜੂਗਾ ਪਤਾ ਕੀ ਹੈ ਤੁਹਾਡਾ ਪੁੱਤ ਤੁਸੀਂ ਛੋਟੇ ਹੋ ਹਜੇ ਫਲੈਕਸੀਬਲ ਹੈ ਬੋਡੀ ਹੈ ਨਾ ਹੁਣ ਅੱਜ ਤਾਂ ਲੱਤਾਂ ਬਾਹਾਂ ਤਾਂ ਜੁੜ ਗਈਆਂ ਸਾਰੀਆਂ ਹੈ ਨਾ ਵੱਡੇ ਹੋ ਕੇ ਕੀ ਬਣਨਾ ਤੁਸੀਂ ਨੇ IAS ਆਫੀਸਰ IAS ਆਫੀਸਰ ਸਲਿਊਟ ਹੈ ਤੁਹਾਨੂੰ ਤੇ ਜ਼ੋਰਦਾਰ ਤਾੜੀਆਂ ਇਸ ਬੱਚੇ ਲਈ ਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਡਾ ਨਾਮ ਹਰਸ਼ਿਤ ਹਰਸ਼ਿਤ ਤੁਹਾਡਾ ਨਾਮ ਈਸ਼ਵਰ ਈਸ਼ਵਰ ਹਾਂਜੀ ਤੇ ਤੁਸੀਂ ਕੀ ਕਰਕੇ ਦਿਖਾਓਗੇ ਸੌਂਗ ਸੁਣਾਉਣ ਵਾਲੇ ਜੀ ਸੌਂਗ ਸੁਣਾ ਕੇ ਦਿਖਾਓਗੇ ਐਨਕਾਂ ਲਾ ਕੇ ਹਾਂਜੀ ਸੋਹਣੇ ਬਹੁਤ ਲੱਗ ਰਹੇ ਹੋ ਥੈਂਕ ਯੂ ਹਾਏ ਚਲੋ ਆ ਫੜੋ ਮਾਈਕ ਵੈਨ ਲਾਈਫ ਗਿਵ ਯੂ ਅ ਬਨਾਨਾ ਤੁਮ ਉਸਕੋ ਛੀਲ ਕੇ ਖਾ ਜਾਣਾ ਵੈਨ ਲਾਈਫ ਗਿਵ ਯੂ ਅ ਬਨਾਨਾ ਤੁਮ ਉਸਕੋ ਛੀਲ ਕੇ ਖਾ ਜਾਣਾ Always remember what the old man said. Oh. Tu game mein rehna bhai until you are dead. Always remember what the old man said. No, no. Tu game mein rehna bhai until you are dead. When life gave you a banana, tum usko chhil ke kha jana. When life gives you a banana, tum usko chhil ke kha jana. ਸ਼ੇਰ ਚੀਤਾ ਭਾਲੂ ਪੈਸਾ ਨਾ ਕਮਾਤੇ ਫਿਰ ਵੀ ਯਾਰੋ ਦੇਖੋ ਹੱਸ ਕੇ ਦਿਨ ਬਿਤਾਤੇ ਸ਼ੇਰ ਚੀਤਾ ਭਾਲੂ ਪੈਸਾ ਨਾ ਕਮਾਤੇ ਫਿਰ ਵੀ ਯਾਰੋ ਦੇਖੋ ਹੱਸ ਕੇ ਦਿਨ ਬਿਤਾਤੇ ਜਬ ਜੇਬ ਮੇ ਬੱਚੇ ਨਾ ਚਾਰ ਆਨਾ ਮੇਰਾ ਗਾਣਾ ਤੂੰ ਰਿਪੀਟ ਮੋਡ ਮੇ ਗਾਣਾ ਜਬ ਜੇਬ ਮੇ ਬੱਚੇ ਨਾ ਚਾਰ ਆਨਾ ਮੇਰਾ ਗਾਣਾ ਤੂੰ ਰਿਪੀਟ ਮੋਡ ਮੇ ਗਾਣਾ Always remember what the old man said tum game mein rahoge bhai until you dead Always remember what the old man said tum game mein rahoge bhai until you dead tusi vadde ho ke ki banoge SE ਓਕੇ ਤੁਸੀਂ ਫੁੱਟਬਾਲ ਪਲੇਅਰ ਵੈਰੀ ਗੁੱਡ ਤੇ ਤੁਸੀਂ ਇਹ ਦੱਸੋ ਪੁੱਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਹਾਡਾ ਰੁਟੀਨ ਕੀ ਹੈਗਾ ਹੈ ਤੁਸੀਂ ਕਿੰਨੇ ਵਜੇ ਉੱਠਦੇ ਹੋ ਉੱਠਣ ਸਾਰ ਫਿਰ ਕੀ ਕਰਨਾ ਹੈ ਮਤਲਬ ਸ਼ਾਮ ਤੱਕ ਸੌਣ ਤੱਕ ਸਵੇਰੇ ਮੈਂ ਉੱਠਦਾ 6 ਵਜੇ ਉੱਚੀ ਬੋਲੋ ਉੱਚੀ ਬੋਲੋ ਥੋੜਾ ਜਿਹਾ 6 ਵਜੇ ਸਵੇਰੇ 6 ਵਜੇ ਉੱਠਦੇ ਹੋ ਹਾਂਜੀ ਉਸ ਤੋਂ ਬਾਅਦ ਚ ਉਸ ਤੋਂ ਬਾਅਦ 7:10 ਤੇ ਸਕੂਲ ਲੱਗ ਵੈਨ ਆ ਜਾਂਦੀ ਹੈ ਨਹਾਉਂਦੇ ਨਹੁੰਦੇ ਨੇਗੇ ਨਾ ਨਾ ਹੈ ਨਾ ਨਾ ਆ ਦੱਸੂਗਾ ਤੂੰ ਕਰਕੇ ਦੱਸ ਪੁੱਤ ਮੈਂ 6:30 ਵਜੇ ਉੱਠਦਾ ਜੀ ਉੱਠਣ ਸਾਰ ਤਾਂ ਚਾਹ ਪੀਣਾ ਜੀ ਪਹਿਲਾਂ ਵੈਰੀ ਗੁੱਡ ਠੀਕ ਹੈ ਚਾਹ ਪੀ ਕੇ ਜੀ ਦੰਦ ਦੁੰਦ ਸਾਫ਼ ਕਰਕੇ ਜੀ ਨਹਾਉਣ ਵਗ ਰਹਿਣਾ ਜੀ ਦੰਦ ਕਰ ਦੇਣਾ ਮਿੱਟੀ ਨਾਲ ਸਾਫ਼ ਕਰ ਦੇਣਾ ਬ੍ਰਸ਼ ਨਾਲ ਜੀ ਓਕੇ ਵੈਰੀ ਗੁੱਡ ਤੁਸੀਂ ਐ ਕਹਿੰਦੇ ਵੀ ਬ੍ਰਸ਼ ਕਰਨਾ ਹਾਂ ਬ੍ਰਸ਼ ਕਰਦਾ ਜੀ ਉਹ ਤੋਂ ਬਾਅਦ ਜੀ ਫਿਰ ਤਿਆਰ ਤਿਆਰ ਹੋ ਕੇ ਹੈ ਨਾ ਵੈਨ ਸਟਾਪ ਤੇ ਆ ਜਾਣਾ ਜੀ ਫਿਰ ਕਿੰਨੇ ਵਜੇ ਵੈਨ ਆਉਂਦੀ ਹੈ 7:40 ਤੇ ਵੈਨ ਆ ਜਾਂਦੀ ਹੈ ਠੀਕ ਹੈ ਵੈਨ ਤੇ ਚੜ ਕੇ ਫਿਰ ਸਕੂਲ ਆ ਜਾਣੀ ਹੈ ਸਕੂਲੋਂ ਪੜ੍ਹ ਪੁੜ ਕੇ ਚੰਗੀ ਤਰ੍ਹਾਂ 9 ਪੀਰੀਅਡ ਲਗਾ ਕੇ ਫਿਰ ਤੋਂ ਵੈਨ 'ਤੇ
चलो क्या बात है, जोरदार ताड़ियां लाओ जी मुंडिया लई। थैंक यू पुत्र। की नाम थोड़ा? मेरा नाम अनुराग जी। है अनुराग। अनुराग ते तुसी की सुनाओगे हुण? सॉन्ग जी। केड़ा? मैशअप ही है। मैशअप है ते तुसी आप प्ले करोगे गिटार? हाँ जी। चलो ठीक है, वेरी गुड। ते तुसी पोजीशन लो अपनी, बैठो। गुलाबी आंखें जो तेरी देखी शराबी ये दिल हो गया, संभालो मुझको ओ मेरे यारो, संभलना मुश्किल हो गया, पागलावा मजबूरी नू, आन जान दे पसूरी नू, जहर बने हाँ तेरे पिजामा मबूर नू, आना सी ओ नहीं आया, दिल बांग बांग मेरा टकराया, कागा बोल के दस जावे, पावा क्यों दी चूरी नू, रावा च वावा च ओनू लुकावा कोई मैनू ना रोके, मेरे डोल जदाइया दी मैनू खबर कि मैं होवे, आ जावे दिल तेरा पूरा भी ना होवे, हाँ बने बनाइया दी दिल बात कि मैं होवे, आ जावे दिल तेरा पूरा भी ना होवे। बेटे किन्ने टाइम तो तुसी म्यूजिक जेड़ा इंस्ट्रूमेंट प्ले कर दे आ रहे हो? तीन साल तो। तीन साल तो। उस्ताद जी कौन ने थोड़ी? मेरे सर अक्षय सर सी। अक्षय सर। ओके ओके ओके। ते तुसी वड्डे होके अगे फ्यूचर च की सोचया? आईपीएस आईएएस आईएएस। हां ओके। ते ए तुसी वैसे शौक लई रखोगे? हां। ते गाया करोगे उदों भी? देखांगे। ते जदों कोई कैदी नु तुसी फड़ के लेके जा किते मतलब मीटिंग थोड़ी होया करनी है, जे ओ नहीं मन्ने करो तुसी उनू गाना सुना के मना लिया करोगे? देखते हैं, वो तो कैदी ते डिपेंड करता है। ते थोनू होर टीचर्स कहंदे हुंदे ने कदे कदे, जो कई बार टीचर्स दा मूड होवे यार गाना सुना अज्ज? रेडी पुत सारे ते तुसी पोजीशन ले लो ते बोलियां वाले पुत तुसी इत्थे आ जाओ। बोलो नानकियो की थोनू लै गए चोर, बोलो नानकियो की थोनू लै गए चोर, बोलो नानकियो की थोनू लै गए चोर, बोलो नानकियो इना नानकियां दी रले पमीरी बोले, इना नानकियां दी रले पमीरी बोले, नानकियां दी रले पमीरी बोले, इना नानकियां दी रले पमीरी बोले, इना नानकियां दे मुंह चौड़े टिड पोले, इना नानकियां दे मुंह चौड़े पोले, इना नानकियां दे मुंह चौड़े टिड पोले, इना नानकियां दे मुंह चौड़े टिड पोले, पीली मिट्टी दा फेर देओ पोचा, नानकियां दा कुप बन देओ, पीली मिट्टी दा फेर दे पोचा, नानकियां दा कुप बन देओ, सोनी मेलने नचन वालिए बोताना शर्माइए, नीजा कुंड कट दी बोती सोन, बले 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 बले, जांकुंड कट दी बोती सोनी, जांकुंड कट दी कानी, नी तू ता मैनू लगे शकीन, बले 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 बले, तू ता मैनू लगे शकीनन, कुंड चो अख पछाणे खुल के नच लैनी, बण गिद्दियां दी राणी खुल के नच लैनी, बण गिद्दियां दी राणी खुल के नच लैनी, कहे बिना नी रहा जांदा खड़के सुनी जवाना, ओए बदल गए ने रंग समय दे, बले 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 बले, ओ बदल गए ने रंग समय दे, आया बुरा जमाना की तेनू पीड़ पई, मर्दो बने जनाना की तेनू पीड़ पई, मर्दो बने जनाना की तेनू पीड़ पई, राई 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 रस्ता छोड़ दे, ओ हीर मजाजन आई रस्ता छोड़ दे, ओ हीर मजाजन आई रस्ता छोड़ दे, ओ हीर मजाजन आई रस्ता छोड़ दे, ओ गानी 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 गिद्दा ता पाइए जे नचे मुंडे दी मामी, गिद्दा ता पाइए जे नचे मुंडे दी मामी, गिद्दा ता पाइए, हरा चादरा गुलाबी खूते बैठा तोवे, नी साबण थोड़ा मैल बथेरी, बले 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 बले, साबण थोड़ा मैल बथेरी, नींदा रोवे छड़े बचारे दा, कौन चादरा तोवे छड़े बचारे दा, कौन चादरा तोवे छड़े बचारे दा, छड़ा छड़ा ना करया करनी वेख छड़े ना लाके, नी पहला तो तेरे पांडे मांजू, बले 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 बले, बले।
ਕਿਹਨੇ ਤਿਆਰੀ ਕਰਾਈ ਸੀ ਕਿਤੇ ਦੀ? ਡਾਂਸ ਵਾਲੇ ਮੈਮ ਨੇ। ਡਾਂਸ ਵਾਲੇ ਮੈਮ, ਡਾਂਸ ਵਾਲੇ ਮੈਮ ਲਈ ਜ਼ੋਰਦਾਰ ਤਾੜੀਆਂ। ਤੁਸੀਂ ਪੁੱਤ ਵੱਡੇ ਹੋ ਗਏ? DSP। DSP, ਵਾਹ ਬਈ ਵਾਹ। ਜਹਾਜ਼ ਚੜ੍ਹਨਾ ਜੀ। ਜਹਾਜ਼ ਚੜ੍ਹਨਾ? ਹਾਂਜੀ। ਮਤਲਬ ਬਸ ਇਹੀ ਸੁਪਨਾ ਹੈ ਵੀ ਜਹਾਜ਼ ਚੜ੍ਹਨਾ? ਹਾਂਜੀ। ਜਹਾਜ਼ ਚਾਹੇ ਗੇੜਾ ਦੇ ਕੇ ਵਾਪਸ ਬਠਿੰਡੇ ਨੂੰ ਮੁੜਿਆ ਵੇ। ਨਾ ਜੀ, ਐਂਦਾ ਬਾਹਰ ਜਾਵਾਂਗੇ। ਕਿੱਥੋਂ, ਸਕੂਲ ਤੋਂ ਬਾਹਰ? ਨਹੀਂ ਨਹੀਂ, ਬਾਹਰ, ਇੰਡੀਆ ਤੋਂ ਬਾਹਰ। ਇੰਡੀਆ ਤੋਂ ਬਾਹਰ? ਕੀ ਗੱਲ ਪੁੱਤ, ਇੰਡੀਆ 'ਚ ਕਾਹਤੋਂ ਨਹੀਂ? ਇੰਡੀਆ 'ਚ ਸਰ ਕੰਮ ਹੀ ਨਹੀਂ ਹੈਗਾ, ਬਾਹਰ ਜਾਵਾਂਗੇ। ਉੱਥੇ ਜਾ ਕੇ? ਉੱਥੇ ਜਾ ਕੇ ਵੀ ਕੰਮ ਕਰਾਂਗੇ। ਅੱਛਾ, ਇੱਥੇ ਕੰਮ ਹੈ ਨਹੀਂ, ਹੈ ਨਾ? ਨਾ। ਚਲੋ ਕੋਈ, ਤੁਸੀਂ ਕੰਮ ਬਣਾਏ ਲਓ ਪੁੱਤ ਆਪਦੇ ਆਪ, ਵੀ ਹੋਰਾਂ ਨੂੰ ਵੀ ਕੰਮ ਮਿਲ ਜੇ ਕੋਈ। ਸਰ ਬਣਦੇ ਹੀ ਨਹੀਂ। ਹੈ ਜੀ, ਇੰਨਾ ਦਿਮਾਗ ਕਿੱਥੇ ਇਹਦਾ ਕੰਮ ਬਣਾ ਲਏ। ਐਂ ਪੈਂਦੀਆਂ ਨੇ ਸ਼ਾਂਪਾਂ ਨਾਲ ਦਿਆਂ ਤੁਸੀਂ। ਵੈਰੀ ਗੁੱਡ ਪੁੱਤ, ਜ਼ਰੂਰ ਜਾਇਓ ਬਾਹਰ, ਹੈ ਨਾ? ਤੁਸੀਂ ਪੁੱਤ? ਡਾਕਟਰ। ਵੈਰੀ ਗੁੱਡ ਸਰ। ਟੀਚਰ? ਕਾਹਦੇ ਸਰ? ਕੋਈ ਵੀ ਸਬਜੈਕਟ, ਕੁਛ ਵੀ ਬਣ ਜੀ। ਹਾਂ, ਵੈਰੀ ਗੁੱਡ। ਡਾਕਟਰ ਸਰ? ਡਾਕਟਰ, ਵੈਰੀ ਗੁੱਡ। ਡਾਕਟਰ ਸਰ? ਡਾਕਟਰ, ਡਾਕਟਰ ਸਰ? ਡਾਕਟਰ ਸਰ? IPS? IPS? ਸਲਿਊਟ ਹੈ ਪੁੱਤ ਤੁਹਾਨੂੰ ਵੀ। ਟੀਚਰ? ਟੀਚਰ ਜੀ, ਬੱਚਿਆਂ ਦੀਆਂ ਗੱਲਾਂ ਭੰਨਿਆ ਕਰਾਂਗੇ, ਜਿਵੇਂ ਹੁਣ ਸਾਡੀਆਂ ਭੰਨਿਆ ਜਾਂਦੀਆਂ। ਟੀਚਰ ਬਣਨਾ ਜੀ, ਬੱਚਿਆਂ ਦੀਆਂ ਗੱਲਾਂ ਭੰਨਣੀਆਂ ਨੇ, ਤੁਹਾਡੀਆਂ ਭੰਨੀਆਂ ਜਾਂਦੀਆਂ ਨੇ? ਯੈਸ। ਚਲ ਵਧੀਆ ਗੱਲ ਹੈ ਪੁੱਤ। ਅਤੇ ਆਪਣਾ ਟੀਚਰ ਦਾ ਨਾਮ ਤਾਂ ਨਹੀਂ ਦੱਸਣਾ ਹੈਗਾ ਵੀ ਕਿਹੜੇ ਭੰਨਦੇ ਨੇ? ਇਹਨੂੰ ਪਤਾ ਵੀ ਕਾਹਨੂੰ ਫੇਰ ਭੰਨਣਗੇ। ਬਾਹਰ ਜਾਣਾ ਸਰ। ਤੁਸੀਂ ਵੀ? ਕੀ ਕਰੋਗੇ ਬਾਹਰ ਜਾ ਕੇ? ਡਾਕਟਰ। ਉੱਥੇ ਜਾ ਕੇ ਡਾਕਟਰ ਬਣੋਗੇ? ਉਹਨਾਂ ਦਾ ਇਲਾਜ ਕਰੀ ਚਲੋ, ਆਪਣੇ ਬਠਿੰਡੇ ਵਾਲੇ ਚਾਹੇ ਬਿਮਾਰ ਹੋ। ਉੱਧਰ ਪੈਸਾ ਵੱਧਦਾ ਸਰ। ਪੈਸੇ ਪਿੱਛੇ ਫਿਰੀ ਚਲੋ ਹੈ। ਤੁਸੀਂ ਪੁੱਤ? ਟੀਚਰ। ਵੈਰੀ ਗੁੱਡ, ਜ਼ੋਰਦਾਰ ਤਾੜੀਆਂ ਨੇ ਭੈਣਾਂ ਲਈ। ਥੈਂਕ ਯੂ ਬੇਟਾ, ਥੈਂਕ ਯੂ, ਆ ਜਾਓ। ਹਾਂ, ਗਿਫਟ ਦਿੰਦਾ ਹਾਂ ਮੈਂ, ਗੱਭਰੂ ਦੇਸ਼ ਪੰਜਾਬ ਦਾ ਮੈਂ ਗਿਫਟ ਦਿੰਦਾ ਹਾਂ। ਅਤੇ ਇਹਨੂੰ ਖੋਲ੍ਹ ਕੇ ਦੇਖੀਏ, ਘਰ ਰਹਿੰਦੀ ਹੈ। ਚਲੋ ਠੀਕ ਹੈ, ਆਹ ਫੜੋ ਮਾਈਕ ਅਤੇ ਤਾੜੀਆਂ ਲਾਓ ਭਾਈ ਇਸ ਜਵਾਕ ਵਾਸਤੇ। ਪਹਿਲਾਂ ਤਾਂ ਇਹਨੇ ਇੱਧਰ, ਤੁਸੀਂ ਇੱਥੇ ਆਜੋ ਪੁੱਤ। ਅਤੇ ਇਹ ਬੱਚੇ ਸ਼ੋਅ ਨੂੰ ਇੰਨਾ ਪਿਆਰ ਕਰਦੇ ਨੇ ਜੀ, ਇਹ ਸਭ ਇਹ ਬੱਚਿਆਂ ਕਰਕੇ ਹੈ ਜੀ। ਮੈਂ ਬੱਚਿਆਂ ਨੂੰ ਹਮੇਸ਼ਾ ਜਿੱਥੇ ਬੱਚੇ ਮਿਲਦੇ ਨੇ ਮੈਂ ਬਹੁਤ ਪਿਆਰ ਕਰਦਾ ਹੁੰਦਾ, ਅਤੇ ਮੈਂ ਬੱਚਿਆਂ ਨੂੰ ਕਹਿਣਾ ਹੁੰਦਾ ਵੀ ਇਹ ਜੇ ਮੈਂ ਆਪਾਂ ਭੱਜੇ ਫਿਰਦੇ ਹਾਂ ਘਰ ਦਾ ਰੋਟੀ ਦਾਲ ਚੱਲ ਰਿਹਾ ਤਾਂ ਇਹਨਾਂ ਸਾਰੇ ਜਵਾਕਾਂ ਕਰਕੇ ਜਿਹੜੇ ਸਾਨੂੰ TV 'ਤੇ ਦੇਖਦੇ ਨੇ ਉਹਨਾਂ ਜਵਾਕਾਂ ਕਰਕੇ ਹੈ। ਅਤੇ ਇਹਨੂੰ ਦੇਖਦੇ ਹਾਂ ਇਹਦੇ ਵਿੱਚ ਕੀ ਹੋਏਗਾ ਬੱਚੇ ਦੇ, ਕੋਈ ਇਹਦੇ ਵਿੱਚ ਹੋਏਗਾ। ਓਹ ਹੋ, ਕਿਆ ਬਾਤ ਹੈ, ਇਹ ਮੇਰੇ ਕੰਮ ਦੀ ਚੀਜ਼ ਆ, ਬਹੁਤ ਸੋਹਣਾ ਪੈੱਨ ਹੈ ਇਹਦੇ ਵਿੱਚ ਜੀ। ਅਤੇ ਬੱਚੇ ਲਈ ਜ਼ੋਰਦਾਰ ਤਾੜੀਆਂ। ਆਪਾਂ ਇਸ ਪੈੱਨ ਨਾਲ ਇੱਕ ਨਵਾਂ ਸ਼ੋਅ ਜਿਹੜਾ ਹੈਗਾ ਉਹ ਲਿਖ ਦਾਂਗੇ, ਅਤੇ ਆਉਂਦੇ 2-4 ਮਹੀਨੇ ਤੱਕ ਇੱਕ ਨਵਾਂ ਸ਼ੋਅ ਤੁਹਾਨੂੰ MH1 ਚੈਨਲ 'ਤੇ ਚੱਲਦਾ ਮਿਲੂਗਾ, ਅਤੇ ਉਹ ਆ ਪੈੱਨ ਨਾਲ ਲਿਖਾਂਗੇ ਆਪਾਂ। ਜ਼ੋਰਦਾਰ ਤਾੜੀਆਂ ਇਸ ਭਰਾ ਲਈ, ਬੱਚੇ ਲਈ ਅਤੇ ਸਾਰਿਆਂ ਲਈ ਤਾੜੀਆਂ। ਹਾਂਜੀ, ਅੱਜ ਦਾ ਰੌਣਕਾਂ ਜਿਹੜੀ ਲੱਗੇ ਸੀ ਜੀ ਪਾਥ ਫਾਈਂਡਰ ਗਲੋਬਲ ਸਕੂਲ ਰਾਮਪੁਰਾ ਫੂਲ ਦੇ ਵਿੱਚ, ਬੱਚਿਆਂ ਨਾਲ ਰੌਣਕਾਂ ਤੁਸੀਂ ਦੇਖੇ ਨਹੀਂ, ਬਹੁਤ ਇੰਜੋਏ ਕੀਤਾ ਸੀ ਨੇ। ਜੇਕਰ ਤੁਸੀਂ ਵੀ ਚਾਹੁੰਦੇ ਤੁਹਾਡੇ ਸਕੂਲਾਂ ਵਿੱਚ ਆਈਏ, ਸਾਡੇ ਨਾਲ ਟਾਈ ਅਪ ਕਰੋ, ਮਸਤੀ ਅਸੀਂ ਤੁਹਾਡੇ ਸਕੂਲ ਦੇ ਵਿੱਚ ਆ ਕੇ ਕਰਾਂਗੇ। ਅਤੇ ਬੱਚਿਆਂ ਨਾਲ ਗੱਲਾਂ ਬਾਤਾਂ ਤੋਂ ਬਾਅਦ ਸਾਡੀ ਵਾਰੀ ਆਉਂਦੀ ਹੈ ਮੈਨੇਜਮੈਂਟ ਨਾਲ, ਟੀਚਰਸ ਨਾਲ, ਪ੍ਰਿੰਸੀਪਲ ਸਰ ਮੈਮ ਨਾਲ ਗੱਲਬਾਤ ਕਰਨ ਦੀ। ਅਤੇ ਬੇਟਾ ਜ਼ੋਰਦਾਰ ਤਾੜੀਆਂ ਨਾਲ ਆਲ ਸਟਾਫ ਮੈਂਬਰਸ ਐਂਡ ਪ੍ਰਿੰਸੀਪਲ ਸਰ ਮੈਮ। ਹਾਂਜੀ, ਬੱਚਿਆਂ ਤੋਂ ਬਾਅਦ ਹੁਣ ਵਾਰੀ ਆਉਂਦੀ ਹੈ ਮੈਨੇਜਮੈਂਟ ਟੀਮ ਦੀ, ਟੀਚਰਸ ਦੀ, ਜਿਨ੍ਹਾਂ ਨੇ ਬੱਚਿਆਂ ਨੂੰ ਤਿਆਰ ਕਰਾਇਆ ਅਤੇ ਇਹ ਪ੍ਰੋਗਰਾਮ ਔਰਗਨਾਈਜ਼ ਕੀਤਾ। ਅਤੇ ਜ਼ੋਰਦਾਰ ਤਾੜੀਆਂ ਬੇਟਾ ਸੀਨੀਅਰ ਰਿਸਪੈਕਟਡ ਟੀਚਰਸ, ਪ੍ਰਿੰਸੀਪਲ ਮੈਮ, ਸਰ ਮੈਮ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵਿਪਿਨ ਜੀ। ਸਾਰਿਆਂ ਨਾਲੋਂ ਪਹਿਲਾਂ ਮੈਂ MH1 ਚੈਨਲ ਨੂੰ ਧੰਨਵਾਦ ਦਿੰਦੀ ਹਾਂ ਜੋ ਬੱਚਿਆਂ ਨੂੰ ਇਸ ਤਰ੍ਹਾਂ ਦਾ ਪਲੈਟਫਾਰਮ ਮੁਹੱਈਆ ਕਰਾਉਂਦਾ ਹੈ ਜਿੱਥੇ ਉਹ ਆਪਣੀ ਕਲਾ, ਜਿੱਥੇ ਆਪਣੇ ਉਹ ਵਿਚਾਰ ਪੇਸ਼ ਕਰਨ ਸਰ। ਉਸ ਤੋਂ ਬਾਅਦ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਜੋ ਤੁਸੀਂ ਇੰਨੀਆਂ ਰੌਣਕਾਂ ਸਾਡੇ ਪਾਥਫਾਈਂਡਰ ਗਲੋਬਲ ਸਕੂਲ ਦੇ ਵਿੱਚ ਲਗਾਈਆਂ। ਸਾਰੀ ਬੈਕ ਐਂਡ ਦੀ ਟੀਮ ਦੇ ਕਿ ਤੁਹਾਡੇ ਸਾਰਿਆਂ ਦੇ ਐਫਰਟਸ ਹੈ, ਕੈਮਰਾਮੈਨ, ਮਿਊਜ਼ਿਕ ਟੀਮ, ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਹੁਣ ਆਉਂਦੀ ਹਾਂ ਮੈਂ ਆਪਣੀ ਕਿਹੜੇ ਸਕੂਲ 'ਤੇ, ਕੀ ਨਾਮ ਹੈ ਸਕੂਲ ਦਾ? ਸਾਰਿਆਂ ਨਾਲੋਂ ਬੈਸਟ ਸਕੂਲ ਸਾਡੇ ਰੀਜਨ ਦਾ ਹੈ, ਸਾਡੇ ਆਪਣੇ ਮੂੰਹੋਂ ਕਹਿਣ ਦੀ ਲੋੜ ਨਹੀਂ ਹੈਗੀ। ਸਾਡੇ ਪੇਰੈਂਟਸ, ਸਾਡੇ ਬੱਚਿਆਂ ਦੀ ਪਰਫੋਰਮੈਂਸ, ਉਹਨਾਂ ਦਾ ਵਿਸ਼ਵਾਸ ਇਹ ਦੱਸਦਾ ਹੈ ਕਿ ਸਭ ਤੋਂ ਵਧੀਆ ਸਕੂਲ ਰੀਜਨ ਦਾ ਕਿਹੜਾ ਹੈ। ਹਾਂਜੀ, ਪਾਥਫਾਈਂਡਰ ਗਲੋਬਲ ਸਕੂਲ, ਜਿੱਥੇ ਅਸੀਂ ਬੱਚਿਆਂ ਨੂੰ ਮਿਆਰੀ ਸਿੱਖਿਆ ਦੇ ਨਾਲ ਨਾਲ ਕੌਨਫੀਡੈਂਸ, ਪਰਸਨੈਲਿਟੀ ਗਰੂਮਿੰਗ, ਹਰ ਤਰ੍ਹਾਂ ਦੀ ਸਿੱਖਿਆ, ਗੇਮਸ, ਇਨਡੋਰ, ਆਊਟਡੋਰ, ਸਾਰੀ ਚੀਜ਼ਾਂ ਦੇ ਵਿੱਚ ਬੱਚਿਆਂ ਨੂੰ ਜੋ ਹੈ ਅਸੀਂ ਕੌਨਫੀਡੈਂਸ ਦੇਣ ਦੀ ਕੋਸ਼ਿਸ਼ ਕਰਦੇ ਹਾਂ। ਅੱਛਾ, ਹੁਣ ਅਸੀਂ ਬਾਕੀ ਬੱਚਿਆਂ ਦੇ ਨਾਲ ਨਾਲ, ਸਾਡੇ ਵਿੱਚ ਵੀ ਇੱਕ ਬੱਚਾ ਹੁੰਦਾ, ਉਮਰ ਨਾਲ ਅਸੀਂ ਵੱਡੇ ਹੋ ਜਾਂਦੇ ਹਾਂ ਪਰ ਬੱਚਾ ਸਭ ਦੇ ਵਿੱਚ ਜਿੰਦਾ ਹੁੰਦਾ। ਤਾਂ ਹੁਣ ਮੈਂ ਇੱਕ 4 ਲਾਈਨਾਂ ਗਾਣਾ ਚਾਹੂੰਗੀ। ਮੈਂ ਚਾਹੁੰਦੀ ਹਾਂ ਮੇਰੇ ਬੱਚੇ ਅਤੇ ਮੇਰਾ ਸਟਾਫ ਮੇਰਾ ਸਾਥ ਦੇਣ। ਮੈਨੂੰ ਨਹੀਂ ਪਤਾ ਤੁਸੀਂ ਇਹ ਗਾਣਾ ਸੁਣਿਆ ਹੋਇਆ ਕਿ ਨਹੀਂ, ਪਰ ਸਾਡੇ ਟਾਈਮ ਦਾ ਹੈ। ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ, ਯਹਾਂ ਕਲ ਕਿਆ ਹੋ ਕਿਸਨੇ ਜਾਣਾ। ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ,
यहाँ कल क्या हो किसने जाना। ता आपां नूं जदों नहीं पता कि कल की होना है तो अज खुल के जियो, फ्यूचर की टेंशन छड़ के प्रेजेंट भी जियो। थैंक यू मैम, थैंक यू सो मच। जोरदार ताड़ियां बेटा मैम ली। हाँ जी, अज दी रौनका तुसी देखिया जी लगी हुई सी जी पाथ फाइंडर ग्लोबल स्कूल। तो सच्ची जिदा मैम कह रहे थे कि इस एरिया का सानू भी बहुत बेस्ट स्कूल लग्या। तो जी इन्हें बॉन्डिंग हैगी बच्चों नाल, बच्चों के पेरेंट्स नाल, तो बहुत वधिया तरीके की हैगी है। तो माहौल बहुत सोहना हैगा स्कूल का, सारी स्टाफ जिहड़ा इन्हां दा हैगा बहुत मेहनती है, बच्चों नूं बहुत प्यार करदा है। तो सानू बहुत चंगा लगे जी स्कूल दे विच आके। जेकर तुसीं चाहुंदे तुहाडे स्कूलां विच आईए सब नाल टाई अप करो, असीं तुहाडे स्कूलां विच भी आवांगे। अद्धी छुट्टी सारी दा रौनका लावांगे हर शुक्रवार शाम नूं 6 बजे MH1 चैनल ते देखना ना भुलना जी। अद्धी छुट्टी सारी तुहाडा अपना शो, बच्चों का शो, फैमिली शो। तो मैनू जाने के विपन जोशी नूं दिओ आ गया। अगले हफ्ते मिलांगे किसी होर स्कूल दे विच, ते उदों तक शो नूं प्यार करते रहो जी। तो लास्ट दे विच अद्धी छुट्टी सारी गाना चलेगा, सारा स्टाफ एंड सारे बच्चे, सारी मैनेजमेंट ओवरऑल सारे इंजॉय करनगे। तो अगले हफ्ते मिलते हैं जी होर स्कूल दे विच। गाना ला दो जी। मास्टर या नागनी आई, आ जाओ बच्चे होइए इकट्ठे, रल मिल रौनक लाइए, रखो किताब।